ਸਾਤਸਰੀਆ ਕਾਲਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਨਾਲ ਮੈਂ ਹਰ ਸ਼ਰਨ ਕੌਰ ਅੱਜ 29 ਮਾਰਚ ਹੈ ਦਿਨ ਬੁੱਧਵਾਰ ਹੈ ਨਾਨਕ ਸ਼ਹੀਦ ਸੰਮਤ 555 ਦੇ ਮੁਤਾਬਿਕ ਅੱਜ 16 ਚੇਤ ਹੋ ਗਿਆ ਹੈ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਤੁਹਾਨੂੰ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਦੱਸ ਦਿੰਦੇ ਹਾਂ वारिस पंजाब दे ਜਥੇਬੰਦੀ ਦੇ ਖਿਲਾਫ ਪੰਜਾਬ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ ਇਸ ਦਰਮਿਆਨ ਪੁਲਿਸ ਦੇ ਸਰਚ ਆਪਰੇਸ਼ਨ ਨੂੰ ਅੱਜ 12ਵਾਂ ਦਿਨ ਹੋ ਗਿਆ 18 ਮਾਰਚ ਨੂੰ ਪੰਜਾਬ ਪੁਲਿਸ ਨੇ ਕਾਰਵਾਈ ਵਢੀ ਸੀ ਤੇ ਅੱਜ 29 ਮਾਰਚ ਹੋ ਗਈ ਹੈ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦਾ ਉਹੀ ਦਾਵਾ ਬਰਕਰਾਰ ਹੈ ਕਿ ਹਾਲੇ ਤੱਕ ਅਮਰਿਤਪਾਲ ਸਿੰਘ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਕੱਲ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਤੇ ਸੁਣਵਾਈ ਹੋਈ ਤਾਂ ਪੰਜਾਬ ਸਰਕਾਰ ਨੇ ਇਹੀ ਗੱਲ ਦੱਸੀ ਕਿ ਅਮਰਿਤਪਾਲ ਸਿੰਘ ਹਾਲੇ ਪੰਜਾਬ ਪੁਲਿਸ ਦੇ ਹੱਥ ਨਹੀਂ ਲੱਗਿਆ ਪਰ ਪੁਲਿਸ ਉਸਤੇ ਕਾਫੀ ਨੇੜੇ ਤੱਕ ਪਹੁੰਚ ਚੁੱਕੀ ਹੈ ਹਾਈ ਕੋਰਟ ਨੇ ਦੂਸਰੇ ਪਾਸੇ ਅਮਰਿਤਪਾਲ ਸਿੰਘ ਦੇ ਵਕੀਲ ਨੂੰ ਵੀ ਕਿਹਾ ਕਿ ਜੇ ਤੁਸੀਂ ਕਹਿੰਦੇ ਹੋ ਕਿ ਅਮਰਿਤਪਾਲ ਗ੍ਰਿਫਤਾਰ ਹੈ ਤਾਂ ਉਸ ਦੀ ਗ੍ਰਿਫਤਾਰੀ ਦੇ ਸਬੂਤ ਦਿਓ ਅਸੀਂ ਕਾਰਵਾਈ ਪੇਸ਼ ਅਸੀਂ ਕਾਰਵਾਈ ਕਰਾਂਗੇ ਇਸ ਦਰਮਿਆਨ ਮੀਡੀਆ ਰਿਪੋਰਟਾਂ ਨੇ ਜਿਹੜੀਆਂ ਆਪਣੇ ਤੌਰ ਤੇ ਦਾਅਵੇ ਕਰ ਰਹੀਆਂ ਨੇ ਨਿਤ ਨਵੀਆਂ ਫੋਟੋਆਂ ਤੇ ਸੀਸੀਟੀਵੀ ਫੁਟੇਜ ਨੇ ਜਿਹੜੀਆਂ ਓ ਟੀਵੀ ਤੇ ਦਿਖਾਈਆਂ ਜਾ ਰਹੀਆਂ ਨੇ ਦਾਅਵੇ ਕੀਤੇ ਜਾ ਰਹੇ ਨੇ ਕਿ ਇਹਨਾਂ ਦੇ ਵਿੱਚ ਦਿਖਾਈ ਦਿੰਦਾ ਨੌਜਵਾਨ ਅਮਰਿਤਪਾਲ ਹੀ ਹੈ ਹੁਣ ਇੱਕ ਨਵੀਂ ਫੁਟੇਜ ਹੈ ਜਿਹੜੀ ਉਹ ਦਿੱਲੀ ਦੀ ਦਿਖਾਈ ਜਾ ਰਹੀ ਹੈ ਦਾਵਾ ਕੀਤਾ ਜਾ ਰਿਹਾ ਹੈ 21 ਮਾਰਚ ਦੀ ਇਹ ਫੁਟੇਜ ਹੈ ਇਹਦੇ ਵਿੱਚ ਦਿਖਾਈ ਦਿੰਦੇ ਦੋ ਜਣੇ ਕਹਿੰਦੇ ਅਮਰਿਤਪਾਲ ਸਿੰਘ ਤੇ ਬੱਪਲਪ੍ਰੀਤ ਸਿੰਘ ਹੀ ਨੇ ਤੇ ਇਸ ਫੁਟੇਜ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਬਿਨਾਂ ਦਸਤਾਰ ਦੇ ਘੁੰਮਦਾ ਦਿਖਾਇਆ ਜਾ ਰਿਹਾ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਦੋਵੇਂ ਅਮਰਿਤਪਾਲ ਤੇ ਪੱਪਲਪ੍ਰੀਤ ਨੇ ਇਸ ਪੂਰੇ ਮਸਲੇ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਟਕਰਾਅ ਦੇ ਵਿੱਚ ਆ ਗਏ ਨੇ ਜਥੇਦਾਰ ਦੇ ਅਲਟੀਮੇਟਮ ਦਾ ਕੱਲ ਮੁੱਖ ਮੰਤਰੀ ਨੇ ਜਵਾਬ ਦਿੱਤਾ ਤਾਂ ਜਥੇਦਾਰ ਨੇ ਵੀ ਮੁੱਖ ਮੰਤਰੀ ਨੂੰ ਤੁਰੰਤ ਮੋੜਵਾਨ ਜਵਾਬ ਦੇ ਦਿੱਤਾ ਮੁੱਖ ਮੰਤਰੀ ਨੇ ਜਥੇਦਾਰ ਤੇ ਬਾਦਲਾਂ ਦੀ ਪੁਸ਼ਤ ਪਨਾਹੀ ਕਰਨ ਦਾ ਸਿੱਧਾ-ਸਿੱਧਾ ਇਲਜ਼ਾਮ ਲਾਇਆ ਤਾਂ ਜਥੇਦਾਰ ਨੇ ਵੀ ਮੁੱਖ ਮੰਤਰੀ ਨੂੰ ਸੁਚੇਤ ਕੀਤਾ ਕਿ ਦੇਖਿਓ ਕਿਤੇ ਪੰਜਾਬ ਅਤੇ ਪੰਜਾਬੀਅਤ ਨੂੰ ਲਾਂਭੂ ਨਾ ਲੱਗ ਜਾਵੇ ਤੁਸੀਂ ਕਿਸੇ ਸਿਆਸਤ ਦੀ ਭੇਂਟ ਨਾ ਚੜ ਜਾਵੋ ਮੁੱਖ ਮੰਤਰੀ ਵੱਲੋਂ ਜਥੇਦਾਰ ਨੂੰ ਦਿੱਤੇ ਜਵਾਬ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਪੰਜਾਬ ਨੂੰ ਅਕਾਲ ਤਖਤ ਸਾਹਿਬੇਸ਼ੋਕ ਮਾਫੀ ਮੰਗਣੀ ਚਾਹੀਦੀ ਹੈ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਮਾਨ ਦੇ ਵੱਲੋਂ ਜਥੇਦਾਰ ਲਈ ਕੀਤੀ ਟਿੱਪਣੀ ਦਾ ਵਿਰੋਧ ਕੀਤਾ ਤੇ ਕਿਹਾ ਕਿ ਮੁੱਖ ਮੰਤਰੀ ਝੂਠੀ ਸਰਕਾਰੀ ਤਾਕਤ ਦੇ ਨਸ਼ੇ 'ਚ ਅਤੇ ਦਿੱਲੀ 'ਚ ਬੈਠੀ ਸਿੱਖ ਵਿਰੋਧੀ ਲੌਬੀ ਦੀ ਕਥਿਤ ਸ਼ਹਿ ਤੇ ਗੁਰੂ ਘਰ ਦੇ ਸੇਵਾਦਾਰਾਂ ਬਾਰੇ ਗਲਤ ਟਿੱਪਣੀਆਂ ਕਰ ਰਹੇ ਨੇ ਕਹਿੰਦੇ ਹਾਲੇ ਵੀ ਸਮਾਂ ਹੈ ਕਿ ਭਗਵੰਤ ਜੀ ਬਿਨਾਂ ਦੇਰੀ ਤੇ ਬਿਨਾਂ ਸ਼ਰਤ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ੋਕਿ ਮਾਫੀ ਮੰਗ ਲੈਣ ਜੇ ਮਾਫੀ ਨਹੀਂ ਮੰਗਦੇ ਤਾਂ ਉਹੀ ਹਸ਼ਰ ਹੋਵੇਗਾ ਜੋ ਸਿੱਖ ਇਤਿਹਾਸ ਦੇ ਵਿੱਚ ਗੁਰੂ ਘਰ ਨਾਲ ਖਾਸ ਕਰਕੇ ਖਾਲਸਾ ਪੰਥ ਦੀ ਸਰਵਉੱਚ ਸੰਸਥਾ ਤੇ 6ਵੇਂ ਪਾਤਸ਼ਾਹ ਵੱਲ ਬਖਸ਼ੀ ਮੀਰੀ ਦੇ ਸਰਵੋੱਚ ਸਤਾਨ ਸ਼ੇਕਾਲ ਤੱਕ ਸੈਵਿਰੋਧ ਜੰਗ ਛੇੜਨ ਵਾਲਿਆਂ ਦਾ ਹੁੰਦਾ ਆਇਆ ਹੈ ਸੋ ਭਾਵੇਂ ਇਸ ਮਸਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਥੇਦਾਰ ਨੂੰ ਸਿੱਧਾ ਸਿੱਧਾ ਜਵਾਬ ਦੇ ਕੇ ਵੱਡਾ ਤੰਝ ਕੱਸ ਕੇ ਸਿੱਖ ਕੌਮ ਦੀ ਇੱਕ ਵੱਡੀ ਸੰਸਥਾ ਦੇ ਨਾਲ ਆੜਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਦੂਸਰੇ ਪਾਸੇ ਪੰਜਾਬ ਸਰਕਾਰ ਨੇ ਜਥੇਦਾਰ ਹਰਪ੍ਰੀਤ ਸਿੰਘ ਦੇ ਅਲਟੀਮੇਟਮ ਦਾ ਜਵਾਬ ਦਿੱਤਾ ਹੈ ਜੱਥੇਦਾਰ ਵੱਲੋਂ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਪੰਜਾਬ ਸਰਕਾਰ ਨੂੰ ਦਿੱਤੇ ਗਏ 24 ਘੰਟੇ ਦੇ ਅਲਟੀਮੇਟਮ ਮੁਤਾਬਕ ਸਰਕਾਰ ਦੇ ਵੱਲੋਂ ਪਹਿਲੇ ਪੜਾਅ ਵਿੱਚ IPC ਦੀ ਧਾਰਾ 107 ਤੋਂ 151 ਤਹਿਤ ਗ੍ਰਿਫਤਾਰ ਕੀਤੇ ਸਿੱਖ ਨੌਜਵਾਨਾਂ ਨੂੰ ਰਿਹਾ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਪੰਜਾਬ ਸਰਕਾਰ ਨੇ ਇਸ ਦੀ ਜਾਣਕਾਰੀ ਅਕਾਲ ਤਖ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਖੁਦ ਭੇਜੀ ਹੈ ਦਿੱਤੀ ਗਈ ਜਾਣਕਾਰੀ ਦੇ ਵਿੱਚ ਸਰਕਾਰ ਨੇ ਜੱਥੇਦਾਰ ਨੂੰ ਦੱਸਿਆ ਕਿ 751 ਧਾਰਾ ਹੇਠ ਗ੍ਰਿਫਤਾਰ ਕੀਤੇ ਗਏ ਵਧੇਰੇ ਸਿੱਖ ਨੌਜਵਾਨ ਤਾਂ ਰਿਹਾ ਕੀਤੇ ਜਾ ਚੁੱਕੇ ਨੇ ਸਿਰਫ ਦਰਜਨਾਂ ਦੇ ਕਰੀਬ ਨੌਜਵਾਨਾਂ ਦੀ ਰਿਹਾਈ ਬਾਕੀ ਰਹਿ ਗਈ ਹੈ ਉਹ ਵੀ ਅਜੇਹ ਜਿਨ੍ਹਾਂ ਦੇ ਦਸਤਾਵੇਜ਼ ਹਾਲੇ ਤੱਕ ਮੁਕੰਮਲ ਨਹੀਂ ਹੋਏ ਹਾਲਾਂਕਿ ਜਿਹੜੇ NSA ਤਹਿਤ ਨੌਜਵਾਨ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਨੂੰ ਦੂਰ ਦੀਆਂ ਜੇਲਾਂ ਦੇ ਵਿੱਚ ਵੀ ਭੇਜਿਆ ਗਿਆ ਹੈ ਉਹਨਾਂ ਬਾਰੇ ਸਰਕਾਰ ਨੇ ਜਥੇਦਾਰ ਨੂੰ ਕੋਈ ਜਾਣਕਾਰੀ ਹੈ ਜਿਹੜੀ ਉਹ ਮੁਹੱਈਆ ਨਹੀਂ ਕਰਵਾਈ ਕਿਉਂਕਿ ਜੋ ਪਰਸੋਂ ਇਕੱਠ ਹੋਇਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਉਸ ਇਕੱਠ ਦੇ ਵਿੱਚ ਜੋ ਫੈਸਲੇ ਲਏ ਗਏ ਸਨ ਇੱਕ ਤਬੇਦੋਸ਼ੀ ਨੌਜਵਾਨਾਂ ਨੂੰ ਰਹਾਆ ਕਰਨ ਦੇ ਤੇ ਦੂਸਰਾ ਜਿਨ੍ਹਾਂ ਦੇ ਖਿਲਾਫ NSA ਲਾਇਆ ਗਿਆ ਹੈ ਉਹ ਹਟਾਉਣ ਦੇ ਨਿਰਦੇਸ਼ ਵੀ ਜਥੇਦਾਰ ਦੇ ਵੱਲੋਂ ਦਿੱਤੇ ਗਏ ਸਨ ਜ਼ਮਨ ਰਾਇਕੋਟ ਤੋਂ ਜਾਣਕਾਰੀ ਮਿਲੀ ਹੈ ਜਿੱਥੇ ਅਮਰਿਤਪਾਲ ਸਿੰਘ ਦੇ ਦੋ ਹੋਰ ਸਮਰਥਕਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ ਐਸ ਡੀ ਐਮ ਗੁਰਬੀਰ ਸਿੰਘ ਕੋਲੀ ਨੇ ਇਸ ਦੀ ਪੁਸ਼ਟੀ ਕੀਤੀ ਕਿ ਬੋਪਰਾਏ ਗਲਾਂਗੁਰੂਕਰ ਦੇ ਗ੍ਰੰਥੀ ਹਰਜੀਤ ਸਿੰਘ ਉਰਫ ਜਰਨੈਲ ਸਿੰਘ ਪਿੰਡ ਸੰਧੂਕਲਾ ਤੇ ਬਚਿੱਤਰ ਸਿੰਘ ਪਿੰਡ ਸੁਧਾਰ ਤੋਂ ਲਿਖਤੀ ਤੌਰ ਤੇ ਲਿਆ ਕਿ ਅੱਗੇ ਤੋਂ ਉਹ ਕਿਸੇ ਜਹੀ ਕਿਸੇ ਵੀ ਕਾਰਵਾਈ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਇਹ ਲਿਖਤੀ ਭਰੋਸਾ ਲੈਣ ਤੋਂ ਬਾਅਦ ਦੋਨਾਂ ਨੂੰ ਰਹਾਆ ਕੀਤਾ ਗਿਆ ਹੈ ਇਹਨਾਂ ਨੂੰ ਕੱਲ ਰਾਏਕੋਟ ਦੇ ਸਬਡਿਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਪਰਸੋਂ ਜਿਹੜਾ ਹੈਗਾ 21 ਜਣਾਂ ਵਿੱਚੋਂ 19 ਜਣੇ ਰਹਾਆ ਕਰ ਦਿੱਤੇ ਸਨ ਇਹ 21 ਇਹ ਦੋ ਜਣੇ ਬਚੇ ਸਨ ਇਹਨਾਂ ਸਾਰੇ 21 ਜਣਿਆਂ ਨੇ ਲੁਧਿਆਣਾ ਬਠਿੰਡਾ ਰਾਜਮਾਰਗ ਤੇ 19 ਮਾਰਚ ਨੂੰ ਸਵੇਰੇ ਅਮਰਿਤਪਾਲ ਸਿੰਘ ਖਿਲਾਫ ਕਾਰਵਾਈ ਦਾ ਵਿਰੋਧ ਕਰਦਿਆਂ ਜਿਹੜਾ ਸੜਕ ਹੈ ਉਹ ਜਾਮ ਕਰ ਦਿੱਤੀ ਸੀ ਇਸੇ ਤਰ੍ਹਾਂ ਅਜਨਾਲਾ ਘਟਨਾ ਸਬੰਧੀ ਜਿਹੜੇ ਤਿੰਨ ਜਣੇ ਗ੍ਰਿਫਤਾਰ ਕੀਤੇ ਗਏ ਸਨ ਤਿੰਨ ਨੌਜਵਾਨ ਪਰਸ਼ੋਤਮ ਸਿੰਘ ਹਰਨੇਕ ਸਿੰਘ ਤੇ ਜਗਦੀਪ ਸਿੰਘ ਉਹਨਾਂ ਨੂੰ ਕੱਲ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਤਿੰਨਾਂ ਨੂੰ ਜੇਲ੍ਹ ਭੇਜ ਦਿੱਤਾ ਕਾਨੂੰਨਵਾਨ ਤੋਂ ਖਬਰ ਹੈ ਜਿੱਥੇ ਦਲਬਾਗ ਸਿੰਘ ਨੂੰ ਲੰਗੀ ਰਾਤ ਜੇਲ੍ਹ ਚ ਰਿਹਾ ਕਰ ਦਿੱਤਾ ਗਿਆ ਦਲ ਖਾਲਸਾ ਦੇ ਆਗੂਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਸੋ ਇਹ ਨਹੀਂ ਸਪਸ਼ਟ ਕੀਤਾ ਜਾ ਰਿਹਾ ਹੈ ਕਿ ਜਿਹੜੇ ਨੌਜਵਾਨ ਰਿਹਾ ਕੀਤੇ ਜਾ ਰਹੇ ਨੇ ਉਹਨਾਂ ਦੇ ਖਿਲਾਫ ਜਿਹੜੇ ਪਰਚੇ ਦਰਜ ਸੀ ਉਹ ਵੀ ਰੱਦ ਕੀਤੇ ਜਾ ਰਹੇ ਨੇ ਜਾਂ ਫਿਰ ਉਹਨਾਂ ਨੂੰ ਸਿਰਫ ਜ਼ਮਾਨਤ ਤੇ ਰਹਾ ਕੀਤਾ ਜਾ ਰਿਹਾ ਹੈ। ਸਮਰਤਪਾਲ ਸਿੰਘ ਖਿਲਾਫ ਚੱਲ ਰਹੀ ਪੁਲਿਸ ਕਾਰਵਾਈ ਦਰਮਿਆਨ ਕੁਝ ਕੁ ਟੀਵੀ ਚੈਨਲ ਦਾਅਵਾ ਕਰ ਰਹੇ ਨੇ ਰਾਤ ਨੂੰ ਲਾਈਵ ਜਿਹੜਾ ਉਹ ਦਿਖਾਇਆ ਜਾ ਰਿਹਾ ਸੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਡਿਆਣਾ ਥਾਣੇ ਅਧੀਨ ਪੈਂਦੇ ਪਿੰਡ ਮਰਨਾਈਆਂ ਤੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਇੱਥੇ ਇੱਕ ਇਨੋਵਾ ਗੱਡੀ ਦੇ ਵਿੱਚ ਕੁਝ ਸ਼ੱਕੀ ਵਿਅਕਤੀ ਸਨ ਜਿਨ੍ਹਾਂ ਦੇ ਪਿੱਛੇ ਪੁਲਿਸ ਲੱਗੀ ਸੀ ਇਹ ਵੀ ਦਵਾ ਕੀਤਾ ਗਿਆ ਕਿ ਪੁਲਿਸ ਨੇ ਪੂਰੇ ਪਿੰਡ ਨੂੰ ਘੇਰਾ ਪਾ ਲਿਆ ਪਰ ਇਹਨਾਂ ਨੇ ਇਨੋਵਾ ਗੱਡੀ ਜੜੀ ਉਹ ਗੁਰੂ ਘਰ ਦੇ ਵਿੱਚ ਖੜੀ ਕੀਤੀ ਤੇ ਕੰਦ ਟੱਪ ਕੇ ਪੁਲਿਸ ਦੇ ਆਉਣ ਦੀ ਭਿੰਕ ਲੱਗਨ ਤੇ ਉਹ ਫਰਾਰ ਹੋ ਗਏ ਇਹਦੇ ਵਿੱਚ ਦੋ ਜਣੇ ਸਵਾਰ ਦੱਸੇ ਜਾ ਰਹੇ ਸਨ ਕਿ ਇੱਕ ਪਿੰਡ ਵਾਸੀਆਂ ਦੇ ਦਸਨ ਮੁਤਾਬਿਕ ਇੱਕ ਨੌਜਵਾਨ ਬਿਨਾਂ ਦਸਤਾਰ ਤੋਂ ਸੀ ਤੇ ਇੱਕ ਨੇ ਦਸਤਾਰ ਸਜਾਈ ਹੋਈ ਸੀ ਤੇ ਦਾਵਾ ਕੀਤਾ ਜਾ ਰਿਹਾ ਹੈ ਇਹਨਾਂ ਟੀਵੀ ਚੈਨਲਾਂ ਦੇ ਵੱਲੋਂ ਕਿ ਇੱਥੇ ਅਮਰਿਤਪਾਲ ਸਿੰਘ ਹੋ ਸਕਦਾ ਹੈ ਹੋ ਸਕਦਾ ਅਮਰਿਤਪਾਲ ਸਿੰਘ ਹਾਲੇ ਪੰਜਾਬ ਦੇ ਵਿੱਚ ਹੀ ਹੈ ਤੇ ਪੰਜਾਬ ਪੁਲਿਸ ਇਸ ਪਿੰਡ ਦੇ ਵਿੱਚ ਲੱਭਣ ਦੇ ਲਈ ਪਹੁੰਚੀ ਹੈ ਇਸ ਤਰ੍ਹਾਂ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਨੇ ਪਰ ਪੰਜਾਬ ਪੁਲਿਸ ਨੇ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ ਕੋਟਕਪੂਰਾ ਗੋਲੀकांड ਨਾਲ ਜੁੜੀ ਹੋਈ ਅਹਿਮ ਖਬਰ ਹੈ ਕਿ ਇਸ ਗੋਲੀकांड ਵਿੱਚ ਮুলਜ਼ਮ ਦੇ ਵਜੋਂ ਨਾਮਜ਼ਦ ਆਈਜੀ ਪਰਮਰਾਦ ਸਿੰਘ ਉਮਰਾਨੰਗਲ ਤੇ ਫਰੀਦਕੋਟ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੇ ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਮੁਤਾਬਕ ਆਤਮ ਸਮਰਪਣ ਕਰ ਦਿੱਤਾ ਹਾਲਾਂਕਿ ਇਸ ਤੋਂ ਬਾਅਦ ਹਾਈ ਕੋਰਟ ਨੇ ਦੋਵਾਂ ਪੁਲਿਸ ਅਧਿਕਾਰੀਆਂ ਨੂੰ ਮੁਕੱਦਮਾ ਚੱਲਣ ਤੱਕ ਜ਼ਮਾਨਤ ਤੇ ਰਿਹਾ ਕਰਨ ਦਾ ਹੁਕਮ ਵੀ ਦੇ ਦਿੱਤਾ। ਉਮਰਾਨੰਗਲ ਤੇ ਚਰਨਜੀਤ ਸ਼ਰਮਾ ਨੇ ਅਦਾਲਤ ਦੇ ਵਿੱਚ 5-5 ਲੱਖ ਦੇ ਮੁਚਲਕੇ ਭਰੇ ਜਿਸ ਤੋਂ ਬਾਅਦ ਅਦਾਲਤ ਨੇ ਇਹਨਾਂ ਅਧਿਕਾਰੀਆਂ ਨੂੰ ਚਲਾਨ ਦੀਆਂ ਨਕਲਾਂ ਸੌਂਪ ਦਿੱਤੀਆਂ। ਇਸੇ ਦਰਮਿਆਨ ਡੀਆਈਜੀ ਅਮਰ ਸਿੰਘ ਚਾਲ ਨੇ ਵੀ ਕੋਟਕਪੂਰਾ ਗੋਲੀकांड ਦੇ ਵਿੱਚ ਪੇਸ਼ ਹੋਣ ਦੀ ਇੱਛਾ ਜ਼ਾਹਿਰ ਕਰਦਿਆਂ ਵਦੀ ਇੱਕ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਪੇਸ਼ਗੀ ਜ਼ਮਾਨਤ ਲਈ ਅਰਜ਼ੀ ਦਾਖਲ ਕੀਤੀ ਹੈ ਅਦਾਲਤ ਨੇ ਕੱਲ ਬੈਹ ਸੁਣ ਤੋਂ ਬਾਅਦ ਕੇਸ ਦੀ ਸੁਣਵਾਈ 29 ਮਾਰਚ ਯਾਨੀ ਅੱਜ ਤੱਕ ਲਈ ਮੁਲਤਵੀ ਕਰ ਦਿੱਤੀ ਅਮਰ ਸਿੰਘ ਚਾਲ ਨੂੰ ਇਲਾਕਾ ਮੈਜਿਸਟ੍ਰੇਟ ਨੇ ਕੋਟਪੂਰਾ ਗੋਲੀਕਾਂ ਵਿੱਚ ਪੇਸ਼ ਹੋਣ ਦੇ ਲਈ ਸੱਮਨ ਜਾਰੀ ਕੀਤੇ ਸਨ ਪਰ ਉਹਨਾਂ ਦੇ ਘਰ ਜਿੰਦਰਾ ਲੱਗਿਆ ਹੋਣ ਕਰਕੇ ਜਾਂਚ ਟੀਮ ਸੱਮਨ ਸੌਂਪ ਨਹੀਂ ਸકી ਇਸ ਕਰਕੇ ਅਦਾਲਤ ਨੇ ਅਮਰ ਸਿੰਘ ਚਾਲ ਨੂੰ ਦੁਬਾਰਾ ਸੱਮਨ ਜਾਰੀ ਕੀਤੇ ਉਧਰ ਪੰਜਾਬ ਦੇ ਸਾਬਕਾ ਡੀਜੀਪੀ ਸੁਮੇத் ਸੈਣੀ ਨੂੰ ਵੀ ਇਸ ਕੇਸ ਦੇ ਵਿੱਚ ਹਾਈ ਕੋਰਟ ਵੱਲੋਂ ਜ਼ਮਾਨਤ ਮਿਲ ਚੁੱਕੀ ਹੈ ਪਰ ਸੈਣੀ ਹਾਲੇ ਤੱਕ ਅਦਾਲਤ ਮੂਰੇ ਪੇਸ਼ ਨਹੀਂ ਹੋਇਆ ਜੁਡੀਸ਼ੀਅਲ ਮੈਜਿਸਟ੍ਰੇਟ ਅਜੀਪਾਲ ਸਿੰਘ ਨੇ ਉਮਰਾਨੰਗਲ ਤੇ ਚਰਨਜੀਤ ਸ਼ਰਮਾ ਨੂੰ ਜ਼ਮਾਨਤ ਤੇ ਰਹਾ ਹੋਣ ਤੋਂ ਬਾਅਦ ਮੂੜ 12 ਅਪ੍ਰੈਲ ਨੂੰ ਅਦਾਲਤ ਮੂਰੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਨੇ ਪੰਜਾਬ ਸਰਕਾਰ ਵਿਧਾਇਕਾਂ ਤੇ ਵਜ਼ੀਰਾਂ ਨੂੰ ਮੈਡੀਕਲ ਖਰਚਾ ਦੇਣ ਬਾਰੇ ਨਵਾਂ ਫਾਰਮੂਲਾ ਤਿਆਰ ਕਰੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਾਰੇ ਗਵਾਂਡੀ ਸੂਬਿਆਂ ਦਾ ਪੈਟਰਨ ਝੋਖਣ ਦੇ ਹੁਕਮ ਦਿੱਤੇ ਨੇ ਜਿਵੇਂ ਗਵਾਂਡੀ ਸੂਬਿਆਂ ਦੇ ਵਿੱਚ ਵਿ ਅਲਸਤੀ ਪੰਜਾਬ ਸਰਕਾਰ ਫੈਸਲਾ ਲੈ ਸਕਦੀ ਹੈ ਪੰਜਾਬ ਸਰਕਾਰ ਆਉਂਦੇ ਦਿਨਾਂ ਦੇ ਵਿੱਚ ਗਵਾਂਡੀ ਸੂਬਿਆਂ ਨੂੰ ਚਿੱਠੀ ਵੀ ਲਿਖ ਸਕਦੀ ਹੈ ਸੂਤਰ ਦੱਸਦੇ ਨੇ ਕਿ ਆਪ ਸਰਕਾਰ ਵਿਧਾਇਕਾਂ ਤੇ ਵਜ਼ੀਰਾਂ ਦੇ ਮੈਡੀਕਲ ਪੱਤੇ ਦੇ ਵਿੱਚ ਵੀ ਕੱਟ ਲਾਉਣ ਦੇ ਰੌਂਦ ਵਿੱਚ ਹੈ ਪੰਜਾਬ ਦੇ ਵਿਧਾਇਕਾਂ ਤੇ ਵਜ਼ੀਰਾਂ ਨੂੰ ਵੱਖ-ਵੱਖ ਕਾਨੂੰਨਾ ਤਹਿਤ ਮੈਡੀਕਲ ਪੱਤਾ ਮਿਲਦਾ ਹੈ ਕੈਪਟਨ ਸਰਕਾਰ ਵੱਲੋਂ ਪੰਜਾਬ ਕੈਬਨਿਟ ਨੇ 18 ਮਾਰਚ 2017 ਨੂੰ ਫੈਸਲਾ ਕੀਤਾ ਸੀ ਕਿ ਵਿਧਾਇਕਾਂ ਤੇ ਵਜ਼ੀਰਾਂ ਦਾ ਮੈਡੀਕਲ ਖਰਚਾ ਸਿਹਤ ਬੀਮਾ ਸਕੀਮ ਜ਼ਰੀਏ ਕੀਤਾ ਜਾਵੇ ਤਾਂ ਕਿ ਖਜ਼ਾਨੇ ਦਾ ਬੋਝ ਘਟ ਸਕੇ ਪਰ ਇਹ ਫੈਸਲਾ ਨਹੀਂ ਲਾਗੂ ਹੋ ਸਕਿਆ ਸੀ ਪਤਾ ਲੱਗਿਆ ਕਿ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਮੈਡੀਕਲ ਖਰਚੇ ਦੇ ਬਿੱਲਾਂ ਦੀ ਵੀ ਕੋਖ ਕੀਤੀ ਹੈ 2007-08 ਤੋਂ ਲੈ ਕੇ 21-22 ਦੌਰਾਨ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੇ ਇਲਾਜ ਤੇ ਪੰਜਾਬ ਸਰਕਾਰ ਨੇ 323 ਕਰੋੜ ਰੁਪਏ ਖਰਚੇ ਨੇ ਤੇ ਸਭ ਤੋਂ ਵੱਡਾ ਮੈਡੀਕਲ ਬਿੱਲ 97-98 ਤੋਂ ਲੈ ਕੇ 21-22 ਦੌਰਾਨ ਬਾਦਲ ਪਰਵਾਰ ਦਾ ਰਿਹਾ ਹੈ 4 ਕਰੋੜ 98 ਲੱਖ ਰੁਪਏ ਦਾ ਬਠਿੰਡਾ ਤੋਂ ਖਬਰ ਹੈ ਜਿੱਥੇ ਪੁੱਚੋ ਮੰਡੀ ਦੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹਬੱਤ ਦੇ ਮਿਲ ਸਾਈਟ ਸੈੱਲ ਦੇ ਵਿੱਚ ਲੰਗੀ ਦਿਨ ਕਥਿਤ ਤੌਰ ਤੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਠੇਕਾ ਮੁਲਾਜ਼ਮ ਪਰਮਿੰਦਰ ਸਿੰਘ ਮਾਰਿਆ ਗਿਆ ਸੀ ਉਸ ਮਾਮਲੇ ਦੇ ਵਿੱਚ ਹੁਣ ਥਰਮਲ ਦੇ 6 ਅਧਿਕਾਰੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ। ਮੁਲਜ਼ਮਾਂ ਦੇ ਵਿੱਚ ਐਕਸੀਨ ਪੰਕਜ ਸ਼ਰਮਾ, ਐਕਸੀਨ ਕਰਮਜੀਤ ਸਿੰਘ, ਐਸ.ਟੀ. ਉਸਤੀਸ਼ ਬਾਂਸਲ, ਜੈ ਭੁਪਿੰਦਰ ਸਿੰਘ, ਐਸ.ਐਸ.ਏ ਸ਼ਿਵ ਕੁਮਾਰ ਤੇ ਥਰਮਲ ਦੇ ਮੁੱਖ ਇੰਜੀਨੀਅਰ ਨਵੀਨ ਬਾਂਸਲ ਦਾ ਨਾਮ ਸ਼ਾਮਲ ਹੈ। ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਕੱਲ ਇੱਥੇ ਪਰਿਵਾਰ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਵੀ ਪਹੁੰਚੀਆਂ ਸਨ ਜਿਨ੍ਹਾਂ ਨੇ ਜਿਹੜੇ ਥਰਮਲ ਦੇ ਅਧਿਕਾਰੀ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਤੇ ਪਰਮਿੰਦਰ ਸਿੰਘ ਦੀ ਮੌਤ ਦੇ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਧਾਰਾ 302 ਤਹਿਤ ਕੇਸ ਦ ਪਿੜਤ ਪਰਿਵਾਰ ਨੂੰ 50 ਲੱਖ ਦਾ ਮੁਆਵਜ਼ਾ ਤੇ ਮ੍ਰਿਤਕ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਪਰਮਿੰਦਰ ਸਿੰਘ ਦਾ ਹਾਲੇ ਤੱਕ ਅੰਤਿਮ ਸੰਸਕਾਰ ਵੀ ਨਹੀਂ ਕੀਤਾ ਗਿਆ ਮ੍ਰਿਤਕ ਦੇ ਨੂੰ ਫਰੀਜ਼ਰ ਦੇ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ ਇਥੇ ਮਿੱਲ ਦੇ ਵਿੱਚ ਪੀਕੇ ਮਾਰੇ ਗਏ ਪਰਮਿੰਦਰ ਸਿੰਘ ਦੀ ਉਮਰ ਮਹਿਜ਼ 38 ਸਾਲ ਦੀ ਸੀ ਹਾਦਸਾ ਉਦੋਂ ਵਾਪਰਿਆ ਸੀ ਜਦੋਂ ਮਿੱਲ ਦੇ ਵਿੱਚ ਕੰਮ ਕਰ ਰਿਹਾ ਸੀ ਮੁਰੰਮਤ ਕਰ ਰਿਹਾ ਸੀ ਤੇ ਕਿਸੇ ਅਧਿਕਾਰੀ ਨੇ ਆ ਕੇ ਬਿਨਾਂ ਕਿਸੇ ਨੂੰ ਸੂਚਿਤ ਕੀਤੇ ਮਿੱਲ ਨੂੰ ਚਲਾ ਦਿੱਤਾ ਤੇ ਵਿੱਚ ਹੀ ਪਿਸਕੇ ਪਰਮਿੰਦਰ ਸਿੰਘ ਮਾਰਿਆ ਗਿਆ ਅਹਿਮ ਖਬਰ ਖਟਕੜ ਕਲਾਂ ਦੇ ਆਮ ਆਦਮੀ ਕਲੀਨਿਕ ਯਾਨੀ ਕਿ ਮੁਹੱਲਾ ਕਲੀਨਿਕ ਦੇ ਮਸਲੇ ਦੇ ਨਾਲ ਜੁੜੀ ਹੋਈ ਹੈ ਸ਼ਹੀਦ ਭਗਤ ਸਿੰਘ ਨਗਰ ਦੇ ਡੀਸੀ ਨਵਜੋਤਪਾਲ ਸਿੰਘ ਨੇ ਦਾਅਵਾ ਨੇ ਹੁਣ ਖਟਕੜ ਕਲਾਂ ਦੇ ਵਿੱਚ ਬਣੇ ਆਮ ਆਦਮੀ ਕਲੀਨਿਕ ਦੇ ਵਿੱਚ ਸ਼ਹੀਦ ਭਗਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਤਸਵੀਰਾਂ ਲਾਉਣ ਦੇ ਵਿੱਚ ਹੋਈ ਦੇਰੀ ਦੇ ਲਈ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਦਰਸਲ ਇਹ ਮਾਰਾ ਦੀ ਮੁਰੰਮਤ ਤੇ ਨਵੀਨੀਕਰਨ ਤੋਂ ਬਾਅਦ ਅਤੇ ਪੂਰੇ ਮਸਲੇ ਤੇ ਵਿਵਾਦ ਛੜਨ ਤੋਂ ਬਾਅਦ ਕੱਲ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੀਆਂ ਤਸਵੀਰਾਂ ਇੱਥੇ ਮੋੜ ਤੋਂ ਲਾ ਦਿੱਤੀਆਂ ਗਈਆਂ ਨੇ ਕੱਲ ਇਹਨਾਂ ਤਸਵੀਰਾਂ ਦਾ ਜਾਇਜ਼ਾ ਲੈਣ ਦੇ ਲਈ ਡੀਸੀ ਖੁਦ ਪਹੁੰਚੇ ਉਹਨਾਂ ਕਹੇ ਕਿ ਮੁਰੰਮਤ ਤੇ ਨਵੀਨੀਕਰਨ ਦੀ ਕਾਰਵਾਈ ਜਿਸ ਦੇ ਵਿੱਚ ਮਾਰਾ ਦੀ ਸਵੈਦੇ ਵੀ ਸ਼ਾਮਲ ਸੀ ਉਸ ਤੇ ਮੱਦੇਨਜ਼ਰ ਇੱਥੇ ਪਹਿਲਾਂ ਲੱਗੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਸੀ ਤੇ ਲੋਕ ਨਿਰਮਾਣ ਵਿਭਾਗ ਦੇ ਵੱਲੋਂ ਮੁਰੰਮਤ ਦਾ ਕੰਮ ਕੀਤਾ ਗਿਆ ਹੈ ਦਾਵਾ ਕੀਤਾ ਜਾਂਦਾ ਹੈ ਇਮਾਰਤ ਦੀ ਮੁਰੰਮਤ ਤੇ ਨਵੀਨੀ ਕਰਨ ਦਾ ਕੰਮ ਹਾਲੇ ਵੀ ਜਾਰੀ ਹੈ ਤੇ 5 April ਤੱਕ ਇਹ ਇਮਾਰਤ ਸਿਹਤ ਵਿਭਾਗ ਨੂੰ ਸੌਂਪੀ ਜਾਣੀ ਹੈ ਤੇ ਤਸਵੀਰਾਂ ਦੀ ਮੁਰੰਦ ਸਥਾਪਨਾ ਵਿੱਚ ਹੋਈ ਦੇਰੀ ਤੇ ਇਹਨਾਂ ਤਸਵੀਰਾਂ ਦੀ ਅਮਿਤ ਨੂੰ ਦੇਖਦੇ ਹੋਏ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਦਰਅਸਲ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਇਲਜ਼ਾਮ ਲਾਇਆ ਸਨ ਕਿ ਖਟਕੜ ਕਲਾਂ ਦੇ ਸਿਹਤ ਕੇਂਦਰ ਨੂੰ ਆਮ ਆਦਮੀ ਕਲੀਨਿਕ ਦੇ ਵਿੱਚ ਤਬਦੀਲ ਕਰਕੇ ਇੱਥੇ ਲੱਗੀਆਂ ਸ਼ਹੀਦਾਂ ਦੀਆਂ ਤਸਵੀਰਾਂ ਹਟਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਜੜ ਦਿੱਤੀ ਗਈ ਹੈ ਤੇ ਦਿਖਾਈ ਵੀ ਇੰਝ ਹੀ ਦੇ ਰਿਹਾ ਸੀ ਪਹਿਲਾਂ ਕੱਲੇ ਸ਼ਹੀਦਾਂ ਦੀਆਂ ਤਸਵੀਰਾਂ ਲੱਗੀਆਂ ਸਨ ਹੁਣ ਇੱਥੇ ਮੁੱਖ ਤਸਵੀਰ ਹੈ ਜਿਹੜੀ ਉਹ ਭਗਵੰਤ ਮਾਨ ਦੀ ਚਮਕ ਰਹੀ ਹੈ ਜਿਹੜੀ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਸ ਤੋਂ ਬਾਅਦ ਇੱਥੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਵੀ ਕੀਤਾ ਤੇ ਕੱਲ ਪੁਲਿਸ ਨੇ ਤਿੰਨ ਵਿਅਕਤੀਆਂ ਦਾ ਬਾਈ ਨੇਮ ਅਤੇ 5 ਅੰਸ਼ਛਾਤਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਤਿੰਨ ਵਿਅਕਤੀਆਂ ਨੂੰ ਤਿੰਨ ਵਿਦਿਆਰਥੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਕਿਉਂਕਿ ਪ੍ਰਦਰਸ਼ਨ ਦੌਰਾਨ ਇਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਦੇ ਉੱਤੇ ਕਾਲਖ ਫੇਰ ਦਿੱਤੀ ਸੀ ਸੋ ਇਹ ਗੱਲ ਤਾਂ ਸਾਫ਼ ਹੋ ਚੁੱਕੀ ਹੈ ਕਿ ਤਸਵੀਰਾਂ ਉਤਾਰਨ ਤੋਂ ਬਾਅਦ ਹੁਣ ਮੁਰ ਤੋਂ ਟੰਗ ਦਿੱਤੀਆਂ ਗਈਆਂ ਨੇ ਪਰ ਦੇਰੀ ਦਾ ਕਾਰਨ ਕੀ ਹੋ ਸਕਦਾ ਕਿਉਂਕਿ ਇਹ ਤਸਵੀਰਾਂ ਪੇਂਟ ਤਾਂ ਕੀਤੀਆਂ ਨਹੀਂ ਹੋਈਆਂ ਇਹ ਤਸਵੀਰਾਂ ਲਾਈਆਂ ਸੀ ਉਹਨਾਂ ਨੂੰ ਮੁਰ ਤੋਂ ਟੰਗਣਾ ਸੀ ਟੰਗਣ ਦੇ ਵਿੱਚ ਇੰਨੀ ਦੇਰੀ ਕਿਉਂ ਜਦਕਿ ਪੇਂਟਡ ਤਸਵੀਰ ਹੈ ਜਿਹੜੀ ਮੁੱਖ ਤ੍ਰਿ ਭਗਵੰਤ ਮਾਨ ਦੀ ਉਹ ਪਹਿਲਾਂ ਪੇਂਟ ਕੀਤੀ ਜਾ ਚੁੱਕੀ ਸੀ ਟੰਗਣ ਵਾਲੀਆਂ ਤਸਵੀਰਾਂ ਨੇ ਜਿਹੜੀਆਂ ਉਹ ਲੇਪ ਕਿਵੇਂ ਹੋ ਗਈਆਂ ਇਥੇ ਸਵਾਲ ਜ਼ਰੂਰ ਉੱਠਦਾ ਹੈ ਭਾਰਤੀ ਰਿਜ਼ਰਵ ਬੈਂਕ ਨੇ ਪੰਜਾਬ ਸਰਕਾਰ ਨੂੰ ਕਣਕ ਦੀ ਫਸਲ ਦੀ ਖਰੀਦ ਲਈ 25445 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ ਦੀ ਪਹਿਲੀ ਕਿਸ਼ਤ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੱਲ ਮੁੰਬਈ ਦੇ ਵਿੱਚ ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਗੁਰਕੀਰਤ ਕਿਰਪਾਲ ਦੀ ਅਗਵਾਈ ਹੇਠ ਅਧਿਕਾਰੀਆਂ ਦੇ ਵਫ਼ਦ ਨੇ ਭਾਰਤੀ ਰਿਜ਼ਰਵ ਬੈਂਕ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਪਤਾ ਲੱਗਿਆ ਕਿ ਪਹਿਲੀ ਜਿਹੜੀ ਕਿਸ਼ਤ ਹੈ ਉਹ ਪ੍ਰਵਾਨ ਹੋ ਚੁੱਕੀ ਹੈ ਤੇ ਪੰਜਾਬ ਸਰਕਾਰ ਨੇ ਅੱтке 132 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਦਾ ਟੀਚਾ ਰੱਖਿਆ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਦੇ ਵਿੱਚ ਆਉਂਦੇ 4 ਦਿਨਾਂ ਦੇ ਲਈ ਫੇਰ ਮੀਂਹ ਦੀ ਭਵਿੱਖਬਾਣੀ ਜਾਰੀ ਹੋਈ ਹੈ 29 ਮਾਰਚ ਯਾਨੀ ਕਿ ਬੁੱਧਵਾਰ ਨੂੰ ਮੀਂਹ ਦੱਸਿਆ ਗਿਆ ਜਦਕਿ 30 ਤੇ 31 ਮਾਰਚ ਨੂੰ ਸਾਰੇ ਪੰਜਾਬ ਦੇ ਵਿੱਚ ਗੜਝਮਕ ਦੇ ਨਾਲ ਮੀਂਹ ਦੱਸਿਆ ਗਿਆ 29 ਮਾਰਚ ਨੂੰ ਚੰਡੀਗੜ੍ਹ ਮੌਸਮ ਵਿਭਾਗ ਦੀ ਜਾਣਕਾਰੀ ਦੇ ਮੁਤਾਬਿਕ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੁਕਸਤ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ 31 ਮਾਰਚ ਨੂੰ ਤਾਂ ਮੀਂਹ ਦੇ ਨਾਲ ਨਾਲ ਗੜੇਵਾਰੀ ਦੀ ਸੰਭਾਵਨਾ ਵੀ ਦਿੱਤੀ ਗਈ ਹੈ ਤੇ ਉਸ ਤੋਂ ਅਗਲੇ ਦਿਨ ਵੀ ਯਾਨੀ ਕਿ ਨਵੇਂ ਮਹੀਨੇ ਦੇ ਪਹਿਲੇ ਦਿਨ 1 ਅਪ੍ਰੈਲ ਨੂੰ ਵੀ ਪੰਜਾਬ 'ਚ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਵਾਬ ਦੇ ਦਿੱਤਾ ਹੈ ਇੱਕ ਦਿਨ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ 24 ਘੰਟਿਆਂ ਦਾ ਅਲਟੀਮੇਟਮ ਦੇ ਕੇ ਕਿਹਾ ਸੀ ਕਿ ਬੇਦੋਸ਼ੇ ਨੌਜਵਾਨ ਰਿਹਾ ਕਰੋ ਨਹੀਂ ਤਾਂ ਪੰਥ ਵੱਡਾ ਸੰਘਰਸ਼ ਵਿੜੇਗਾ ਮੁੱਖ ਮੰਤਰੀ ਨੇ ਟਵੀਟ ਕਰਕੇ ਜਥੇਦਾਰ ਨੂੰ ਜਵਾਬ ਦਿੰਦਿਆਂ ਕਿ ਹੈ ਕਿ ਜਥੇਦਾਰ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਸਭ ਨੂੰ ਪਤਾ ਹੈ ਕਿ ਤੁਸੀਂ ਤੇ ਐਸਜੀਪੀਸੀ ਬਾਦਲਾਂ ਦਾ ਪੱਖ ਪੂਰਦੇ ਰਹੇ ਹੋ ਇਤਿਹਾਸ ਦੇਖੋ ਤਾਂ ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸਵਾਰਥ ਦੇ ਲਈ ਵਰਤਿਆ ਚੰਗਾ ਹੁੰਦਾ ਜੇ ਤੁਸੀਂ ਇਹ ਅਲਟੀਮੇਟਮ ਬੇਅਦਬੀ ਦੇ ਲਈ ਦਿੰਦੇ ਚੰਗਾ ਹੁੰਦਾ ਜੇ ਤੁਸੀਂ ਅਲਟੀਮੇਟਮ ਗਾਇਬ ਹੋਏ ਗਾਇਬ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਲਈ ਦਿੰਦੇ ਨਾ ਕਿ ਹਸਤੇ ਵਾਸਤੇ ਲੋਕਾਂ ਨੂੰ ਭੜਕਾਉਣ ਦੇ ਲਈ ਦਿੰਦੇ ਸਮੂਖ ਮੰਤਰੀ ਭਗਵੰਤ ਮਾਨ ਦੇ ਇਸ ਜਵਾਬ ਤੋਂ ਸਪਸ਼ਟ ਹੋ ਗਿਆ ਕਿ ਦੋਵਾਂ ਤਰਾਂ ਦੇ ਵਿੱਚ ਟਕਰਾਅ ਹੈ ਜਿਹੜਾ ਉਹ ਵਧਣ ਵਾਲਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਕੱਠ ਬੁਲਾਇਆ ਗਿਆ ਸੀ ਉਸੇ ਇਕੱਠ ਦੇ ਵਿੱਚ ਤਿੱਖੀ ਚੇਤਾਵਨੀ ਪੰਜਾਬ ਸਰਕਾਰ ਨੂੰ ਜਾਰੀ ਕੀਤੀ ਗਈ ਸੀ ਪਰ ਪੰਜਾਬ ਸਰਕਾਰ ਨੇ ਉਸ ਚੇਤਾਵਨੀ ਤੇ ਕਾਰਵਾਈ ਕਰਨ ਦੀ ਬਜਾਏ ਜਥੇਦਾਰ ਨੂੰ ਦੋ ਟੁਕ ਜਵਾਬ ਦੇ ਦਿੱਤਾ ਹੈ ਹਾਲਾਂਕਿ ਇਹਦੇ ਵਿੱਚ ਇਹ ਨਹੀਂ ਲਿਖਿਆ ਗਿਆ ਕਿ ਅਸੀਂ ਬੇਦੋਸ਼ੇ ਨੌਜਵਾਨਾਂ ਨੂੰ ਨਹੀਂ ਛੱਡਾਂਗੇ ਪਰ ਇੱਕ ਤੰਜ ਭਰੇ ਤਰੀਕੇ ਦੇ ਨਾਲ ਜਥੇਦਾਰ ਨੂੰ ਜਵਾਬ ਦਿੱਤਾ ਗਿਆ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਣ ਕੋਈ ਨਵਾਂ ਜਿਹੜਾ ਫੈਸਲਾ ਆਏਗਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ ਤੋਂ ਬਾਅਦ ਵੀ ਹੋ ਸਕਦਾ ਹੈ ਰਿਐਕਟ ਕਰਨ ਤੇ ਦੋਵੇਂ ਤਰ੍ਹਾਂ ਦੇ ਵਿੱਚ ਟਕਰਾਅ ਇਸੇ ਤਰ੍ਹਾਂ ਵਧਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਜਵਾਬ ਤੋਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਵਾਬ ਤੋਂ ਤੁਰੰਤ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਜਵਾਬ ਆ ਗਿਆ ਇਸ ਜਵਾਬ ਦੋਨਾਂ ਦੇ ਜਵਾਬਾਂ ਨੂੰ ਦੇਖ ਕੇ ਲੱਗਦਾ ਹੈ ਕਿ ਦੋਵੇਂ ਤਰ੍ਹਾਂ ਹੁਣ ਅੰਮ੍ਰਿਤਪਾਲ ਦੇ ਮਸਲੇ ਤੇ ਟਕਰਾਅ ਦੇ ਵਿੱਚ ਆ ਗਈਆਂ ਨੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਕਹਿ ਸਕਦੇ ਆਂ ਪੰਜਾਬ ਸਰਕਾਰ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜਾਂ ਕਹਿ ਸਕਦੇ ਆਂ ਕਿ ਸਿੱਖ ਪੰਥ ਸੋ ਦੋਵੇਂ ਤਰ੍ਹਾਂ ਟਕਰਾਅ ਦੇ ਵਿੱਚ ਆ ਗਈਆਂ ਨੇ ਜਥੇਦਾਰ ਸਾਹਿਬ ਨੇ ਬੜੇ ਹੀ ਠਰਮੇ ਦੇ ਨਾਲ ਨਰਮ ਸ਼ਬਦ ਵਰਤੇ ਨੇ ਪਰ ਤਿੱਖਾ ਤੰਜ ਹੈ ਜਿਹੜਾ ਉਹ ਕੱਸ ਗਏ ਨੇ ਜਥੇਦਾਰ ਨੇ ਕਿਹਾ ਕਿ ਭਗਵੰਤ ਮਾਨ ਜੀ ਜਿਵੇਂ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ ਉਸੇ ਤਰ੍ਹਾਂ ਮੈਂ ਵੀ ਆਪਣੀ ਕੌਮ ਦਾ ਨਿਮਾਣਾ ਜਿਹਾ ਨੁਮਾਇੰ ਦੇ ਕੌਮ ਦੇ ਨਿਰਦੋਸ਼ ਨੌਜਵਾਨਾਂ ਦੇ ਹੱਕਾਂ ਦੀ ਹੱਕਾਂ ਦੀ ਗੱਲ ਕਰਨ ਦਾ ਅਧਿਕਾਰ ਹੈ ਤੇ ਮੇਰਾ ਫਰਜ਼ ਵੀ ਹੈ ਤੁਸੀਂ ਠੀਕ ਹੈ ਅਕਸਰ ਹੀ ਭੋਲੇ ਭਾਲੇ ਧਾਰਮਿਕ ਲੋਕਾਂ ਨੂੰ ਰਾਜਨੀਤਿਕ ਲੋਕ ਵਰਤ ਜਾਂਦੇ ਨੇ ਪਰ ਮੈਂ ਇਸ ਪੱਖੋਂ ਕਹਿੰਦੇ ਪੂਰੀ ਤਰ੍ਹਾਂ ਸੁਚੇਤਾਂ ਪਰ ਤੁਸੀਂ ਧਿਆਨ ਰੱਖਿਓ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਲਈ ਪੰਜਾਬ ਨੂੰ ਤੰਦੂਰ ਵਾਂਗੂ ਮਗਦਾ ਰੱਖਣ ਲਈ ਆਪ ਜੀ ਵਰਗੇ ਰਾਜਨੀਤਿਕ ਲੋਕਾਂ ਨੂੰ ਕਿਤੇ ਰਾਜਨੀਤਿਕ ਲੋਕ ਹੀ ਵਰਤ ਨਾ ਜਾਣ ਰਾਜਨੀਤੀ ਲਈ ਸੰਵਾਦ ਤਾਂ ਕਹਿੰਦੇ ਬਾਅਦ ਵਿੱਚ ਕਰ ਲਾਂਗੇ ਪਹਿਲਾਂ ਆਓ ਰਲ ਕੇ ਪੰਜਾਬ ਬਚਾਈਏ ਤੇ ਘਰੇ ਉਲੀਕ ਰਹੀਆਂ ਮਾਵਾਂ ਨੂੰ ਉਹਨਾਂ ਦੇ ਜੇਲੀ ਡੱਕੇ ਦੇੰਦੇ ਉਸ ਪੁੱਤਰਾਂ ਦੇ ਨਾਲ ਮਿਲਾਈਏ ਤੇ ਅਸੀਸ ਲਈਏ ਵਾਹਿਗੁਰੂ ਭਲੇ ਕਰੇ ਸੋ ਅਸੀਂ ਜ਼ਰੂਰ ਆਸ ਕਰਾਂਗੇ ਕਿ ਦੋਵੇਂ ਹੀ ਵੱਡੇ ਨੁਮਾਇੰਦੇ ਨੇ ਇੱਕ ਪੰਥ ਦੀ ਨੁਮਾਇੰਦਗੀ ਕਰ ਰਿਹਾ ਹੈ ਇੱਕ ਪੰਜਾਬ ਦੀ ਨੁਮਾਇੰਦਗੀ ਕਰ ਰਿਹਾ ਹੈ ਦੋਨਾਂ ਨੂੰ ਇਸ ਮਸਲੇ ਤੇ ਇਕੱਠੇ ਹੋ ਕੇ ਚੱਲਣ ਦੀ ਲੋੜ ਹੈ ਟਕਰਾਅ ਦੇ ਵਿੱਚ ਆਉਣ ਦੇ ਨਾਲ ਮਸਲਾ ਵਿਗੜੇਗਾ ਸੰਭਰੇਗਾ ਨਹੀਂ ਇਹ ਆਮ ਤੌਰ ਤੇ ਆਪਾਂ ਸਾਰਿਆਂ ਨੂੰ ਪਤਾ ਹੀ ਹੁੰਦਾ ਸੋ ਜੇ ਪੰਜਾਬ ਪੰਜਾਬੀਅਤ ਤੇ ਸਿੱਖੀ ਦੇ ਲਈ ਦੋਵੇਂ ਸੁਹਰਦ ਨੇ ਸੋਚਦੇ ਨੇ ਗੰਭੀਰ ਨੇ ਤਾਂ ਦੋਵੇਂ ਧਿਰਾਂ ਨੂੰ ਇਕੱਠੇ ਰਲ ਕੇ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਬੇਦੋਸ਼ੀ ਨੌਜਵਾਨ ਫੜੇ ਗਏ ਨੇ ਜਿਨ੍ਹਾਂ ਦਾ ਕੋਈ ਦੋਸ਼ ਹੀ ਨਹੀਂ ਹੈ ਜਿਨ੍ਹਾਂ ਦੇ ਪੇਪਰ ਛੁੱਟ ਗਏ ਨੇ ਜਿਹੜੇ ਇਸ ਮਾਮਲੇ ਦੇ ਵਿੱਚ ਬਿਲਕੁਲ ਅਣਪੋਹਲ ਨੇ ਜਿਹੜੇ ਇਨੋਸੈਂਟ ਨੇ ਉਹਨਾਂ ਨੂੰ ਫੜਿਆ ਹੋਇਆ ਹੈ ਇਹੋ ਜਿਹੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਉਹਨਾਂ ਦੇ ਪੁੱਤ ਕਿੱਥੇ ਨੇ ਉਨ੍ਹਾਂ ਦੇ ਗਲੇ ਚ ਰੋਟੀ ਨਹੀਂ ਲੰਗਦੀ ਸੋ ਰੋਟੀ ਲੰਗਣ ਲੱਗੇ ਇਸ ਲਈ ਦੋਵਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਚੰਗਾ ਫੈਸਲਾ ਸੁਹਿਰਦ ਫੈਸਲਾ ਲੈਣ ਦੀ ਲੋੜ ਹੈ 11ਵੇਂ ਦਿਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਮਰਿਤਪਾਲ ਸਿੰਘ ਦੇ ਮਸਲੇ ਤੇ ਸੁਣਵਾਈ ਹੋਈ ਤੇ ਸੁਣਵਾਈ ਦਰਮਿਆਨ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਫੇਰ ਉਹੀ ਦਾਵਾ ਕੀਤਾ ਕਿ ਅਮਰਿਤਪਾਲ ਸਿੰਘ ਪੁਲਿਸ ਦੀ ਹਿਰਾਸਤ ਵਿੱਚ ਨਹੀਂ ਹੈ ਪਰ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਪੁਲਿਸ ਦੇ ਬੇहद ਨੇੜੇ ਹੈ ਮਾਮਲੇ ਦੀ ਅਗਲੀ ਸੁਣਵਾਈ ਬੁੱਧਵਾਰ ਯਾਨੀ ਕਿ 29 ਮਾਰਚ ਨੂੰ ਹੋਵੇਗੀ ਕੁਝ ਘੰਟਿਆਂ ਬਾਅਦ ਹੋਵੇਗੀ ਸੋ ਅਦਾਲਤ ਨੇ ਜਦੋਂ ਸੁਣਵਾਈ ਦਰਮਿਆਨ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਵਿਨੋਦ ਕਈ ਤੋਂ ਅਮਰਿਤਪਾਲ ਨੂੰ ਲੈ ਕੇ ਸਵਾਲ ਪੁੱਛਿਆ ਤਾਂ ਉਹਨਾਂ ਨੇ ਵੱਡਾ ਦਾਵਾ ਕਰਦੇ ਹੋਏ ਕਿਹਾ ਕਿ ਅਸੀਂ ਉਹਨਾਂ ਨੂੰ ਫੜਨ ਦੇ ਕਾਫੀ ਨੇੜੇ ਆ ਪਰ ਕੁਝ ਚੀਜ਼ਾਂ ਅਜਈਆਂ ਨੇ ਜਿਹੜੀਆਂ ਅਸੀਂ ਸਾਂਝੀਆਂ ਨਹੀਂ ਕਰ ਸਕਦੇ ਅਦਾਲਤ ਵਿੱਚ ਦਿੱਤਾ ਗਿਆ ਐਡਵੋਕੇਟ ਜਨਰਲ ਦਾ ਇਹ ਬਿਆਨ ਵੀ ਕਾਫੀ ਅਹਿਮ ਮੰਨਿਆ ਜਾ ਸਕਦਾ ਹੈ ਕਿਉਂਕਿ ਜੇ ਪੁਲਿਸ ਅਮਰਿਤਪਾਲ ਸਿੰਘ ਨੂੰ ਫੜਨ ਦੇ ਕਾਫੀ ਨਜ਼ਦੀਕ ਹੈ ਤਾਂ ਪੁਲਿਸ ਨੂੰ ਛੇਤੀ ਕੋਈ ਵੱਡਾ ਖੁਲਾਸਾ ਕਰਨਾ ਹੋਵੇਗਾ ਨਹੀਂ ਤਾਂ ਅਗਲੀ ਸੁਣਵਾਈ ਦੌਰਾਨ ਅਦਾਲਤ ਇਸ ਦਾ ਸਖਤ ਨੋਟਿਸ ਲੈ ਸਕਦੀ ਹੈ ਕਿ ਆਖਰਕਾਰ ਕਿਹੜੇ ਸਬੂਤਾਂ ਦੇ ਆ ਪੁਲਿਸ ਅਮਰਿਤਪਾਲ ਦੇ ਨੇੜੇ ਪਹੁੰਚ ਗਈ ਹੈ। ਇਸ ਤੋਂ ਬਾਅਦ ਅਦਾਲਤ ਨੇ ਪੰਜਾਬ ਪੁਲਿਸ ਦੇ ਆਈਜੀ ਨੂੰ ਕਿਹਾ ਕਿ ਤੁਸੀਂ ਹਲਫਨਾਮਾ ਦਾਇਰ ਕਰਕੇ ਦੱਸੋ ਕਿ ਇਸ ਬਾਰੇ ਇਸ ਮਸਲੇ ਦੇ ਵਿੱਚ ਹੁਣ ਤੱਕ ਕੀ ਕੀ ਕਾਰਵਾਈ ਕੀਤੀ ਹੈ ਤੇ ਕੀ ਕੀ ਕਰ ਰਹੇ ਹੋ ਅਦਾਲਤ ਨੇ ਅਮਰਿਤਪਾਲ ਦੇ ਵਕੀਲ ਨੂੰ ਵੀ ਅਹਿਮ ਸਵਾਲ ਪੁੱਛੇ ਪੁੱਛਿਆ ਕਿ ਤੁਸੀਂ ਵਾਰੀ-ਵਾਰੀ ਕਹਿ ਰਹੇ ਹੋ ਵਾਰਿਸ ਪੰਜਾਬ ਦੇ ਮੁਖੀ ਨੂੰ ਪੁਲਿਸ ਨੇ ਡੀਟੇਨ ਕੀਤਾ ਪਰ ਦੱਸ ਨਹੀਂ ਰਹੇ ਜੇ ਸੱਚ ਹੈ ਤਾਂ ਕੋਈ ਅਜਿਹਾ ਸਬੂਤ ਅਦਾਲਤ ਦੇ ਵਿੱਚ ਪੇਸ਼ ਕਰੋ ਜਿਸ ਦੇ ذریعے ਅਸੀਂ ਵਾਰੰਟ ਅਫਸਰ ਤਾਇਨਾਤ ਕਰਕੇ ਇਸ ਦੀ ਜਾਂਚ ਕਰਵਾ ਸਕੀਏ ਅਦਾਲਤ ਨੇ ਅਮਰਿਤਪਾਲ ਦੇ ਵਕੀਲ ਨੂੰ ਵੀ ਮੁੜ ਨਵਾਂ ਹਲਫਨਾਮਾ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਨੇ ਦਰਸਪਿਸ਼ਲੀ ਸੁਣਵਾਈ ਦੌਰਾਨ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਤਿੱਖੇ ਸਵਾਲ ਪੁੱਛੇ ਸਨ ਕਿ ਆਖਿਰਕਾਰ 80000 ਦੀ ਪੁਲਿਸ ਫੋਰਸ ਦੇ ਬਾਵਜੂਦ ਅਮਰਿਤਪਾਲ ਸਿੰਘ ਕਿਵੇਂ ਨਿਕਲ ਗਿਆ ਇਹ ਪੁਲਿਸ ਦੀ ਵੱਡੀ ناکامی ਹੈ ਅਦਾਲਤ ਨੇ ਵੀ ਸਵਾਲ ਖੜੇ ਕੀਤੇ ਸੀ ਕਿ ਅਜਨਾਲਾ ਮਾਮਲੇ ਤੋਂ ਬਾਅਦ ਪੁਲਿਸ ਨੇ ਕਿਉਂ ਨਹੀਂ ਅਮਰਿਤਪਾਲ ਨੂੰ ਗ੍ਰਿਫਤਾਰ ਕੀਤਾ ਤੇ ਨਿਰਦੇਸ਼ ਦਿੱਤੇ ਸਨ ਕਿ ਅਮਰਿਤਪਾਲ ਨੂੰ ਹਫਤੇ ਦੇ ਅੰਦਰ ਅੰਦਰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ ਅਮਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹੈਬੀਸ ਕਾਰਪਸ ਪਟੀਸ਼ਨ ਲਾਈ ਹੋਈ ਹੈ ਜਿਸ ਤੇ ਸੁਣਵਾਈ ਲਗਾਤਾਰ ਚੱਲ ਰਹੀ ਹੈ ਇਸ ਮਾਮਲੇ ਤੇ ਅੰਦਰ ਤੋਂ ਅਪਡੇਟ ਹੈ ਕਿ ਅਮਰਿਤਪਾਲ ਸਿੰਘ ਨੂੰ ਮੋਟਰਸਾਈਕਲਾਂ ਮੁਹੱਈਆ ਕਰਵਾਉਣ ਦੇ ਇਲਜ਼ਾਮ ਦੇ ਵਿੱਚ ਫੜੇ ਅਤੇ ਕਥਿਤ ਮੋਟਰਸਾਈਕਲ ਦੇ ਮਾਲਕ ਨੂੰ ਅਦਾਲਤ ਨੇ 14 ਦਿਨਾਂ ਦੇ ਅਦਾਲਤੀ ਰਿਮਾਂਡ ਤੇ ਜੇਲ੍ਹ ਭੇਜ ਦਿੱਤਾ ਹੈ। ਸ਼ੱਕ ਆਊਟ ਦੇ ਐਸਐਚਓ ਗੁਰਿੰਦਰਜੀਤ ਸਿੰਘ ਨਾਗਰਾ ਦੇ ਮੁਤਾਬਿਕ 6 ਮੁਲਜ਼ਮਾ ਨੂੰ ਮੰਗਲਵਾਰ ਸਵੇਰੇ ਨਕੋਦਰ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਅਮਰਿਤਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ ਦੀ ਪਤਨੀ ਨਰਿੰਦਰ ਕੌਰ ਦੀ ਪਟੀਸ਼ਨ ਤੇ ਵੀ ਹਾਈ ਕੋਰਟ 'ਚ ਸੁਣਵਾਈ ਹੋਈ। ਹਾਈ ਕੋਰਟ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਇਸ ਮਸਲੇ ਤੇ ਹਲਫਨਾਮਾ ਦਾਖਲ ਕਰਨ ਦੇ ਲਈ ਕਿਹਾ ਹੈ। ਇਸ ਮਾਮਲੇ ਦੇ ਵਿੱਚ 11 ਅਪ੍ਰੈਲ ਤੱਕ ਜਵਾਬ ਦਾਖਲ ਕਰਨ ਲਈ ਕਿਹਾ ਗਿਆ ਹੈ ਦਿਲਜੀਤ ਕਲਸੀ ਦੀ ਪਤਨੀ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਅਰਜ਼ੀ ਦਾਖਲ ਕਰਕੇ ਮੰਗ ਕੀਤੀ ਹੈ ਕਿ ਉਸਦੇ ਪਤੀ ਨੂੰ ਅਸਾਮ ਦੇ ਵਿੱਚ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ ਤੇ ਉਸ ਨੂੰ ਛੁਡਾਇਆ ਜਾਵੇ ਦਿਲਜੀਤ ਕਲਸੀ ਨੂੰ ਐਨਐਸਏ ਦੀ ਧਾਰਾ ਲਾ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ ਅਮਰਿਤਪਾਲ ਸਿੰਘ ਦੇ ਮਸਲੇ ਤੇ ਐਸਜੀਪੀਸੀ ਨੇ ਵੀ ਮਤਾ ਪਾਸ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤੇ ਦੇ ਵਿੱਚ ਲਿਖਿਆ ਕਿ ਐਸਜੀਪੀਸੀ ਅਮਰਿਤਪਾਲ ਸਿੰਘ ਦੀ ਆੜ ਵਿੱਚ ਬੇਕਸੂਰ ਸਿੱਖਾਂ ਨੂੰ ਗ੍ਰਿਫਤਾਰ ਕਰਨ ਦੀ ਪੁਲਿਸ ਦੀ ਕਾਰਵਾਈ ਦੀ ਸਖਤ ਨਿੰਦਿਆ ਕਰਦੀ ਹੈ ਐਸਜੀਪੀਸੀ ਫੜੇਗੇ ਸਿੱਖ ਨੌਜਵਾਨਾਂ ਦੇ ਮਾਮਲਿਆਂ ਦੀ ਕਾਨੂੰਨੀ ਪੈਰਵਾਈ ਕਰੇਗੀ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਖਾਲਸਾ ਰਾਜ ਦੇ ਇਤਿਹਾਸਿਕ ਝੰਡਿਆਂ ਤੇ ਚਿੰਨ੍ਹ ਨੂੰ ਵਖਵਾ ਦੀ ਪੇਸ਼ ਕਰਨ ਦੇ ਖਿਲਾਫ ਐਸਜੀਪੀਸੀ ਸੰਬੰਧਿਤ ਸਰਕਾਰੀ ਅਧਿਕਾਰੀਆਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰੇਗੀ एसजीपीसी केंद्र सरकार ਵੱਲੋਂ ਸਿੱਖ ਮੀਡੀਆ ਅਦਾਰਿਆਂ ਚੈਨਲਾਂ ਪੱਤਰਕਾਰਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਕਾਰਵਾਈ ਦੀ ਵੀ ਸਖਤ ਨਿੰਦਿਆ ਕਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਜਲਾਸ ਬੀਤੇ ਦਿਨਾਂ ਅੰਦਰ ਪੰਜਾਬ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਆੜ ਚ ਬੇਕਸੂਰ ਸਿੱਖ ਨੌਜਵਾਨ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੀ ਕਰੜੀ ਨਿੰਦਾ ਕਰਦਾ ਹੈ ਪੰਜਾਬ ਦੇ ਬਣੇ ਮੌਜੂਦਾ ਹਾਲਾਤ ਦਰਾਂ ਫੜੇਗਾ ਸਿੱਖ ਨੌਜਵਾਨਾਂ ਨੂੰ मामलियां माओं ਦਾ ਇਹ ਮਾਮਲਿਆਂ ਦੀ ਕਾਨੂੰਨੀ ਪੈਰਵਾਈ ਕਰਨ ਦਾ ਐਲਾਨ ਕਰਦਾ ਹੈ ਜਥੇਦਾਰ ਸ਼੍ਰੀ ਅਕਾਲ ਤਖਤ ਦੇ ਦੇਸ਼ ਅਨੁਸਾਰ ਇਸ ਮਾਮਲੇ 'ਚ ਪੁਲਿਸ ਪ੍ਰਸ਼ਾਸਨ ਵੱਲੋਂ ਖਾਲਸਾ ਰਾਜ ਦੇ ਇਤਿਹਾਸਕ ਝੰਡਿਆਂ ਅਤੇ ਜਿਨ੍ਹਾਂ ਨੂੰ ਵੱਖਵਾਦੀ ਪੇਸ਼ ਕਰਨ ਦੀ ਕਰੜੀ ਨਿੰਦਾ ਕਰਦਿਆਂ ਸਬੰਧਤ ਸਰਕਾਰੀ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਵੀ ਫੈਸਲਾ ਕਰਦਾ ਹੈ ਭਾਰਤ ਦੇ ਵਿੱਚ ਪੱਤਰਕਾਰਾਂ ਦੇ ਟਵਿੱਟਰ ਅਕਾਊਂਟ ਵੀ ਇਸ ਦਰਮਿਆਨ ਨਿਸ਼ਾਨੇ ਤੇ ਹਨ ਬੀਬੀਸੀ ਪੰਜਾਬੀ ਦੇ ਅਕਾਊਂਟ ਉੱਤੇ ਵੀ ਮੰਗਲਵਾਰ ਨੂੰ ਰੋਕ ਲਾਈ ਗਈ ਹਾਲਾਂਕਿ ਕੁਝ ਘੰਟੇ ਬਾਅਦ ਬੀਬੀਸੀ ਨਿਊਜ਼ ਪੰਜਾਬੀ ਦਾ ਟਵਿੱਟਰ ਅਕਾਊਂਟ ਮੁੜ ਤੋਂ ਬਹਾਲ ਹੋ ਗਿਆ ਤੜਕੇ ਬੀਬੀਸੀ ਨਿਊਜ਼ ਦਾ ਖਾਤਾ ਖੋਲਣ ਤੇ ਅਕਾਊਂਟ ਵਿਦਹੈਲਡ ਲਿਖ ਕੇ ਆ ਰਿਹਾ ਸੀ ਪਰ ਹੁਣ ਸਾਰੀ ਸਮੱਗਰੀ ਭਾਰਤ ਵਿੱਚ ਦੇਖੀ ਜਾ ਸਕਦੀ ਹੈ ਬੀਬੀਸੀ ادارے ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਟਵਿੱਟਰ ਨੇ ਇੱਕ ਈਮੇਲ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਈਮੇਲ ਦੇ ਵਿੱਚ ਲਿਖਿਆ ਸੀ ਕਿ ਪ ਅਸੀਂ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਜਾਣਕਾਰੀ ਦੇ ਰਹੇ ਹਾਂ ਕਿ ਤੁਹਾਡੇ ਟਵਿੱਟਰ ਅਕਾਊਂਟ ਦੇ ਬਾਰੇ ਸਾਨੂੰ ਭਾਰਤ ਸਰਕਾਰ ਤੋਂ ਲੀਗਲ ਰਿਮੂਵਲ ਡਿਮਾਂਡ ਹਾਸਲ ਹੋਈ ਸੀ ਟਵਿੱਟਰ ਨੇ ਦੋ ਖਬਰਾਂ ਸਾਂਝੀਆਂ ਕੀਤੀਆਂ ਕਿ ਇਹਨਾਂ ਨੂੰ ਭਾਰਤ ਦੇ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000 ਦੀ ਉਲੰਘਣਾ ਮੰਨਿਆ ਗਿਆ ਇੱਕ ਵੀਡੀਓ ਰਿਪੋਰਟ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਮਰਿਤਪਾਲ ਦੇ ਕੇਸ ਬਾਰੇ ਦੱਸਿਆ ਗਿਆ ਸੀ ਉਹਨਾਂ ਦੇ ਵਕੀਲ ਮਾਨ ਸਿੰਘ ਖਾਰਾ ਤੇ ਪਿਤਾ ਤਰਸੀਮ ਸਿੰਘ ਦਾ ਹਾਈ ਕੋਰਟ ਦੀ ਕਾਰਵਾਈ ਬਾਰੇ ਬਿਆਨ ਸੀ ਪੰਜਾਬ ਸਰਕਾਰ ਦਾ ਪੱਖ ਵੀ ਦੱਸਿਆ ਗਿਆ ਸੀ ਦੂਸਰੀ ਰਿਪੋਰਟ ਦੇ ਵਿੱਚ ਬੀਬੀਸੀ ਨੇ ਅਮਰਿਤਪਾਲ ਸਿੰਘ ਖਿਲਾਫ ਹੋ ਰਹੀ ਪੁਲਿਸ ਕਾਰਵਾਈ ਦੇ ਵਿੱਚ ਜੋ-ਜੋ ਹੋਇਆ ਸੀ ਉਸ ਨੂੰ ਪੁਲਿਸ ਦੇ ਹਵਾਲੇ ਨਾਲ ਆਈਆਂ ਜਾਣਕਾਰੀਆਂ ਦੇ ਨਾਲ ਰਿਪੋਰਟ ਕੀਤਾ ਗਿਆ ਸੀ ਟਵਿੱਟਰ ਨੇ ਕਿਹਾ ਕਿ ਭਾਰਤ ਦਾ ਇਹ ਕਾਨੂੰਨ ਟਵਿੱਟਰ ਨੂੰ ਭਾਰਤ ਵਿੱਚ ਕੰਟੈਂਟ ਰੋਕਣ ਦੇ ਲਈ پابੰਦ ਕਰਦਾ ਹੈ ਪਰ ਬਾਕੀ ਥਾਵਾਂ ਦੇ ਉੱਤੇ ਕੰਟੈਂਟ ਉਪਲਬਧ ਰਹੇਗਾ ਬੀਬੀਸੀ ਨੇ ਭਾਰਤ ਸਰਕਾਰ ਨੂੰ ਵੀ ਈਮੇਲ ਭੇਜ ਕੇ ਅਕਾਊਂਟ ਤੇ ਰੋਕ ਲਾਉਣ ਦੀ ਕਾਰਵਾਈ ਬਾਰੇ ਪੁੱਛਿਆ ਹੈ ਸਰਕਾਰ ਦਾ ਜਵਾਬ ਮਿਲਣ ਤੇ ਅਦਾਰਾ ਇਸ ਵਾਰੀ ਅਪਡੇਟ ਕਰੇਗਾ ਦਰਅਸਲ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਖਿਲਾਫ ਪੁਲਿਸ ਦੀ ਕਾਰਵਾਈ 18 ਮਾਰਚ ਨੂੰ ਸ਼ੁਰੂ ਹੋਈ ਸੀ ਉਸ ਤੋਂ ਅਗਲੇ ਹੀ ਦਿਨ ਪੰਜਾਬ ਦੇ ਵਿੱਚ ਬਹੁਤ ਸਾਰੇ ਪੰਜਾਬੀ ਪੱਤਰਕਾਰਾਂ ਲੇਖਕਾਂ ਟਿੱਪਣੀਕਾਰਾਂ ਸਮਾਜਿਕ ਤੇ ਸਿਆਸੀ ਕਾਰਕੁਨਾਂ ਦੇ ਟਵਿੱਟਰ ਅਕਾਊਂਟਸ ਤੇ ਭਾਰਤ ਵਿੱਚ ਰੋਕ ਲਾਈ ਜਾਣ ਲੱਗੀ ਹੈ ਲਗਾਤਾਰ ਇਹ ਕਾਰਵਾਈ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੱਦੀ ਗਈ ਇਕਤਰਤਾ ਦੀ ਸਰਾਂਹਾ ਕਰਦਿਆਂ ਕਿਹਾ ਕਿ ਖਾਲਸਾ ਪੰਥ ਦੀ ਸਰਵਉੱਚ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਸਮੁੱਚੇ ਪੰਥ ਨੂੰ ਦਿੱਤੀ ਗਈ ਕਾਲ ਸ਼੍ਰ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖ ਹਿੱਤਾਂ ਦੇ ਲੰਬੇ ਸਮੇਂ ਤੋਂ ਦਿੱਤੀ ਜਾ ਰਹੀ ਪਹਿਰੇਦਾਰੀ ਤੇ ਸ਼ਾਂਤਮਈ ਲੋਕ ਰਾਜ ਦੀ ਸੰਘਰਸ਼ੀਆਦਰਸ਼ਾਂ ਦੇ ਬਿਲਕੁਲ ਅਨੁਕੂਲ ਹੈ ਤੇ ਸਾਡੀ ਪਾਰਟੀ ਵੀ ਇਸ ਸੱਦੇ ਦਾ ਸਮਰਥਨ ਕਰਦੀ ਹੈ ਫਿਰ ਕਿਹਾ ਕਿ ਪਾਰਟੀ ਸਾਰੇ ਬੇਗੁਨਾ ਸਿੱਖਾਂ ਦੀ ਰਹਾਇ ਦੀ ਮੰਗ ਨੂੰ ਦੁਹਰਾਉਂਦੀ ਹੈ ਦੇਸ਼ ਅੰਦਰ ਖਾਸ ਤੌਰ ਤੇ ਮੌਜੂਦਾ ਪੰਜਾਬ ਸਰਕਾਰ ਦੇ ਵੱਲੋਂ ਨੈਸ਼ਨਲ ਮੀਡੀਆ ਦੀ ਮਦਦ ਨਾਲ ਦੇਸ਼ ਭਗਤ ਸਿੱਖ ਕੌਮ ਦੇ ਵਿਰੁੱਧ ਚਲਾਈ ਜਾ ਰਹੀ ਨਫ਼ਰਤ ਤੇ ਕੂੜ ਪ੍ਰਚਾਰ ਦੀ ਮੁਹਿੰਮ ਅਤੇ ਦਮਨ ਚੱਕਰ ਦੀ ਵੀ ਕਹਿੰਦੇ ਭਰਪੂਰ ਨਖੇਦੀ ਸਾਡੀ ਪਾਰਟੀ ਕਰਦੀ ਹੈ ਮੰਗਲਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ પાસ ਕਰ ਦਿੱਤਾ ਗਿਆ ਹੈ ਵਿੱਤੀ ਬਰੇ 2023-24 ਵਾਸਤੇ 1138 ਕਰੋੜ 1454300 ਰੁਪਏ ਦਾ ਬਜਟ ਪ੍ਰਵਾਨ ਕੀਤਾ ਗਿਆ ਇਸ ਵਾਰੀ 32 ਕਰੋੜ ਰੁਪਏ ਘਾਟੇ ਵਾਲਾ ਬਜਟ ਰਿਹਾ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਦੇ ਵਿੱਚ ਕੀਤੇ ਗਏ ਬਜਟ اجلاس ਦੀ ਪ੍ਰਧਾਨਗੀ ਐਸਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਜਦਕਿ ਬਜਟ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਪੇਸ਼ ਕੀਤਾ ਇਸ ਵਾਰੀ ਦੇ ਮੁੱਖ ਬਜਟ ਵਿੱਚ ਹਰਿਆਣਾ ਦੇ ਗੁਰਦੁਆਰੇ ਤੇ ਵਿਧੇ ਕਚਾਦਾਨ ਦਾ ਬਜਟ ਸ਼ਾਮਲ ਨਹੀਂ ਕੀਤਾ ਗਿਆ ਵੱਖਰਾ ਪੇਸ਼ ਕੀਤਾ ਗਿਆ ਹੈ ਸਪਲੀਮੈਂਟਰੀ 57 ਕਰੋੜ ਰੁਪਏ ਦਾ ਬਜਟ ਰਿਆਣੇ ਲਈ ਰੱਖਿਆ ਗਿਆ ਹੈ ਪਿਛਲੇ ਸਾਲ ਬਜਟ 988 ਕਰੋੜ ਰੁਪਏ ਦਾ ਸੀ ਬਜਟ ਪੇਸ਼ ਕਰਨ ਤੋਂ ਪਹਿਲਾਂ ਪੰਜ ਵਾਰੀ ਮੁਲਮੰਤਰ ਦਾ ਜਾਪ ਕੀਤਾ ਗਿਆ ਤੇ ਬਜਟ ਦੀ ਸ਼ੁਰੂਆਤ ਦੇ ਵਿੱਚ ਵਿਛੜੀਆਂ ਰੂਹਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਐਸਪੀਸੀ ਦੇ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਦਾਵਾ ਕੀਤਾ ਕਿ ਇਸ ਬਜਟ ਦੇ ਲਈ ਸਿੱਖ ਸੰਗਤ ਦੇ ਸੁਝਾਅ ਜਿਹੜੇ ਉਹ ਲਏ ਗਏ ਸਨ एसजीपीसी ਦਾ ਜਿਹੜਾ ਬਜਟ ਹੈ ਉਸ ਦੀ ਫਿਰ ਤਫਸੀਲ ਦਿੱਤੀ ਗਈ ਕਿ ਇਹਦੇ ਵਿੱਚ ਬੰਦੀ ਸਿੰਘਾਂ ਦੇ ਲਈ ਸਨਮਾਨ ਭੱਤਾ ਵੀ ਰੱਖਿਆ ਗਿਆ ਹੈ ਐਸਜੀਪੀਸੀ ਦਾ ਖੇਡ ਬਜਟ ਵੀ ਹੈ ਮੁਫਤ ਕੋਚਿੰਗ ਦੇ ਲਈ ਵੀ ਪੈਸੇ ਰੱਖੇ ਗਏ ਨੇ ਗੁਰਸਿੱਖ ਵਿਦਿਆਰਥੀਆਂ ਨੂੰ ਆਈਐਸਆਈਪੀਐਸ ਬਣਾਉਣ ਦੀ ਜਿਹੜੀ ਕੋਚਿੰਗ ਦਿੱਤੀ ਜਾਏਗੀ ਵਿਦੇਸ਼ਾਂ ਦੇ ਵਿੱਚ ਧਰਮ ਪ੍ਰਚਾਰ ਕਰਨ ਲਈ 7 ਕਰੋੜ 9 ਲੱਖ ਵਿਦੇਸ਼ਾਂ ਵਿੱਚ ਧਰਮ ਪ੍ਰਚਾਰ ਕੇਂਦਰ ਸਥਾਪਿਤ ਹੋਣਗੇ ਸ਼ੀ ਦੀਸ਼ਤਾਬੀਆਂ ਦੇ ਲਈ 2 ਕਰੋੜ ਸੋਲਰ ਸਿਸਟਮ ਲਈ 4 ਕਰੋੜ 72 ਲੱਖ ਗੁਰੂ ਘਰਾਂ ਦੀਆਂ ਨਵੀਆਂ ਇਮਾਰਤਾਂ ਲਈ 24 ਕਰੋੜ ਰੱਖੇ ਗਏ ਨੇ ਵਿਦਿਅਕ ਦਾਰਿਆਂ ਦੇ ਨਵੀਨੀਕਰਨ ਲਈ ਵੀ 3 ਕਰੋੜ ਦਵਾਖਾਨਾ ਤੇ ਲੈਬਾਰਟ ਫॉर 60 ਲੱਖ ਰੁਪਏ ਤੇ ਛੇਤੀ ਇੱਕ ਪਾਇਲਟ ਪ੍ਰੋਜੈਕਟ ਵੀ ਸ਼ੁਰੂ ਕਰਨ ਦਾ ਦਾਵਾ ਕੀਤਾ ਗਿਆ। ਖੇਡਾਂ ਲਈ 3 ਕਰੋੜ ਤੇ 5 ਲੱਖ ਰੁਪਏ ਜਾਇ ਰੱਖੇ ਗਏ ਨੇ। ਗੁਰਸਿੱਖ ਬੱਚਿਆਂ ਨੂੰ ਪ੍ਰਸ਼ਾਸਨਿਕ ਖੇਤਰ ਵਿੱਚ ਅੱਗੇ ਲਿਆਉਣ ਲਈ ਧਰਮ ਪ੍ਰਚਾਰ ਕਮੇਟੀ ਰਾਹੀਂ ਯਤਨ ਕਰਦੇ ਆ ਨਿਸ਼ਚੇ ਪ੍ਰਸ਼ਾਸਕੀ ਸੇਵਾਵਾਂ ਸਖਲਾਈ ਕੇਂਦਰ ਰਾਹੀਂ IAS, IPS, IFS ਤੇ PCS ਦੀ ਕੋਚਿੰਗ ਲਈ ਤਿਆਰੀ ਕਰਵਾਈ ਜਾਵੇਗੀ। ਇਸ ਦੇ ਪਹਿਲੇ ਬੈਚ ਦੇ ਦਾਖਲੇ ਦੀ ਪ੍ਰਕਿਰਿਆ ਜਿਹੜੀ ਚੱਲ ਚੁੱਕੀ ਆ। ਤੁਹਾਨੂੰ ਸ਼ਾਇਦ ਇਹ ਵੀ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਇਹ ਵੀ ਇੱਕ ਸਵਾਲ ਹੈ ਕਿ ਕਿਹਦੇ ਬੱਚੇ ਤੇ ਕੌਣ ਆਉਣਗੇ ਸੋ ਪ੍ਰਧਾਨ ਸਾਹਿਬ ਨੇ ਇੱਕ ਏਡਾ ਵਧੀਆ ਤੇ ਚੰਗਾ ਫੈਸਲਾ ਲਿਆ ਕਿ ਇਹ ਜਿਹੜੀ ਕਮੇਟੀ ਨੇ ਚੈਨ ਕਰਨਾ ਕਮੇਟੀ ਨੇ ਜਿਹੜੇ ਚੁਣਨੇ ਨੇ ਉਹਨਾਂ ਵਿੱਚ ਕੋਈ ਸ਼ਰੋਨੀ ਕਮੇਟੀ ਦਾ ਮੈਂਬਰ ਨਹੀਂ ਹੋਏਗਾ ਕੋਈ ਕਿਸੇ ਦਾ ਲੀਡਰ ਤੇ ਸਿਆਸੀ ਨਹੀਂ ਹੋਏਗਾ ਉਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕੌਮ ਦੇ ਲਈ ਸੇਵਾਵਾਂ ਕੀਤੀਆਂ ਤੇ ਇਹਨਾਂ ਪ੍ਰਸ਼ਾਸਕੀ ਸੇਵਾਵਾਂ ਵਿੱਚ ਆਪਣਾ ਜਿਹੜਾ ਯੋਗਦਾਨ ਪਾਇਆ ਸੋ ਉਹਨਾਂ ਦੀ ਇਹ ਕਮੇਟੀ ਬਣ ਜਾ ਰਹੀ ਹੈ ਗੰਗਸਰ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਦੀ ਪਹਿਲੀ ਸ਼ਤਾਬਦੀ ਮਨਾਉਣ ਜਾ ਰਹੇ ਆ ਉਹਦੀ ਰੂਪਰੇਖਾ ਤਿਆਰ ਹੋ ਚੁੱਕੀ ਆ ਇਸ ਦੇ ਇਹਨਾਂ ਕਾਰਜਾਂ ਲਈ 2 ਕਰੋੜ ਰੁਪਏ ਰੱਖੇ ਗਏ ਆ ਉਸ ਦੇ ਲਈ ਸਸਤੇ ਮੁੱਲ ਦੀਆਂ ਦਵਾਈਆਂ ਦੇਣ ਲਈ ਭਾਈਚਾਰਕ ਸੁਧਾਰ ਫੰਡ ਦੇ ਵਿੱਚੋਂ 60 ਲੱਖ ਰੁਪਏ ਦਾ ਖਰਚ ਕਰਕੇ ਤੇ ਇੱਕ ਲੈਬਾਰਟਰੀ ਤੇ દવાਖਾਨਾ ਖੋਲਣ ਦੀ ਇਸ ਲੋੜਵੰਦ ਨੂੰ ਸਸਤੇ ਮੁੱਲ ਤੇ ਟੈਸ ਦਵਾਈਆਂ ਦੀ ਸਹੂਲਤ ਮਿਲੇਗੀ ਇਹ ਪਾਇਲਟ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਜੋ ਪਿਛਲੇ ਦਿਨਾਂ ਵਿਚਾਰ ਬਣੀ ਹੈ ਕਿ ਸਾਰੇ ਗੁਰਦੁਆਰਾ ਸਾਹਿਬਾਨ ਵਿੱਚ ਜਿੱਦਾਂ ਜਿੱਦਾਂ ਇਹ ਕੀਤਾ ਜਾਏਗਾ ਹੋ ਜਾਏ ਐਜਬੀਸੀ ਦੇ ਜਰਨਲਸ ਕਤਰ ਗੁਰਚਰਨ ਸਿੰਘ ਗਰੀਵਾਲ ਨੇ ਹਰਿਆਣਾ ਦੇ ਗੁਰਦੁਆਰਿਆਂ ਦੇ ਲਈ ਵੱਖਰੇ ਬਜਟ ਦਾ ਐਲਾਨ ਕੀਤਾ ਜਿਹੜਾ ਕਿ 52 ਕਰੋੜ 11 ਲੱਖ ਰੁਪਏ ਦਾ ਰੱਖਿਆ ਗਿਆ ਤੇ ਨਾਲ ਹੀ ਹਰਿਆਣਾ ਸਰਕਾਰ ਤੇ ਗਲਤ ਢੰਗ ਨਾਲ ਕਮੇਟੀ ਹਟਿਆਉਣ ਦਾ ਵੀ ਦੋਸ਼ ਲਾਇਆ ਹੁਣ ਹਰਿਆਣਾ ਸਰਕਾਰ ਵੱਲੋਂ ਗੁਰਦਾਰ ਐਕਟ ਦਾ ਉਲੰਘਣ ਕਰਕੇ ਗੰਦ ਟੰਗਣਾ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧ ਕਮੇਟੀ ਬਣਾਈ ਗਈ ਹੈ ਸਰਕਾਰ ਦੀ ਛਾਹ ਤੇ ਇਸ ਕਮੇਟੀ ਨੇ ਹਰਿਆਣਾ ਰਾਜ ਦੇ ਸਾਰੇ ਸੈਕਸ਼ਨ 85 ਦੇ ਅਠ ਗੁਰਦਵਾਰਾ ਸੇਵਾਵਾਂ ਦਾ ਪ੍ਰਬੰਧ ਜਬਰিয়ে ਤੇ ਗੈਰਕਾਨੂੰਨੀ ਢੰਗ ਨਾਲ ਖੋਲਿਆ ਹੈ ਹਰਿਆਣਾ ਰਾਜ ਦੇ ਗੁਰਦੁਆਰਾ ਸਹਿਬਾਨ ਦਾ ਕੁੱਲ ਬਜਟ 57 ਕਰੋੜ 11 ਲੱਖ ਰੁਪਏ ਐਸਡੀਪੀਸੀ ਨੇ ਹੁਣ ਤੱਕ ਕੀਤੇ ਕਈ ਅਹਿਮ ਖਰਚੇ ਵੀ ਗਿਣਵਾਏ ਇੱਕ ਅਹਿਮ ਰਾਸ਼ੀ ਦਸੀ ਗਈ ਕਿਸਾਨੀ ਅੰਦੋਲਨ ਦੌਰਾਨ ਜਿਹੜੀ ਰਕਮ ਖਰਚੀ ਗਈ ਉਹ 2 ਕਰੋੜ 84 ਲੱਖ 73 ਹਜ਼ਾਰ ਰੁਪਏ ਸੀ ਜਿਹਦੇ ਨਾਲ ਕਿਸਾਨਾਂ ਦੇ ਲਈ ਲੰਗਰ ਰਹਿائش ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਸੀ ਇਸ ਤਰ੍ਹਾਂ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਲਈ ਵੀ ਕਹਿੰਦੇ ਐਸਡੀਪੀਸੀ ਨੇ 16 ਕਰੋੜ ਤੋਂ ਵੱਧ ਖਰਚੇ ਨੇ ਅੰਮ੍ਰਿਤਾਲੀ ਵਿਦਿਆਰਥੀਆਂ ਦੇ ਵਜ਼ੀਫੇ ਧਰਮ ਅਧਿਐਨ ਦੇ ਵਿਦਿਆਰਥੀਆਂ ਹੀਨ ਵਿਦਿਆਰਥੀਆਂ ਦੇ ਵਜ਼ੀਫੇ ਗਰੀਬ ਵਿਦਿਆਰਥੀਆਂ ਦੀ ਪੜ੍ਹਾਈ ਲਈ ਕੈਂਸਰ ਫੰਡ ਲਈ ਜੋਧਪੁਰ ਦੇ ਬੰਦੀ ਸਿੰਘਾਂ ਦੀ ਸਹਾਇਤਾ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਪਾਵਨ ਸਰੂਪ ਤੇ ਸਿੱਖ ਸਹਾਇਤਾ ਦੀ ਸੇਵਾ ਲਈ ਸਿੱਕਲੀ ਕਰਤੇ ਵਣਜਾਰੇ ਸਿੱਖਾਂ ਦੇ ਲਈ ਇਹ ਸਾਰਾ ਜਿਹੜਾ 베ਰਵਾ এসਜੀਪੀਸੀ ਦੇ ਵੱਲੋਂ ਦਿੱਤਾ ਗਿਆ ਬਜਟ ਇਜਲਾਸ ਦਰਮਿਆਨ ਬਜਟ ਇਜਲਾਸ ਦੇ ਦਰਮਿਆਨ ਕਿ ਕਿੱਥੇ ਕਿੱਥੇ ਕਿੰਨਾ ਕਿੰਨਾ ਪੈਸਾ ਖਰਚ ਕੀਤਾ ਗਿਆ ਜਨਰਲ ਸਕੱਤਰ ਗਰੇਵਾਲ ਦੇ ਬਜਟ ਪੜਨ ਦੌਰਾਨ ਐਸਜੀਪੀਸੀ ਦੇ ਅੰਤਰੀਂ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਨੇ ਵਿਰੋਧ ਪ੍ਰਗਟਾਇਆ ਰੰਧਾਵਾ ਨੇ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰ ਦੇ ਵਿੱਚ ਕੋਈ ਨਿੱਜੀ ਗੱਲ ਨਹੀਂ ਹੋਣੀ ਚਾਹੀਦੀ ਬਜਟ ਤਾਂ ਆਉਂਦੇ ਜਾਂਦੇ ਰਹਿਣਗੇ ਪੇਸ਼ ਹੁੰਦੇ ਰਹਿਣਗੇ ਪਰ ਜਿਹੜੇ ਹਾਲਾਤ ਅੱਜ ਸਿੱਖ ਕੌਮ ਦੇ ਬਣੇ ਹੋਏ ਨੇ ਚਿੰਤਾ ਦਾ ਵਿਸ਼ਾ ਨੇ ਵਿਚਾਰਾਂ ਦੀ ਲੋੜ ਹੈ ਰੰਧਾਵਾ ਨੇ ਪੁੱਛਿਆ ਕਿ ਜਿਹੜੇ નિર્ਦੋਸ਼ ਸਿੰਘ ਸਰਕਾਰਾਂ ਨੇ ਦੋਸ਼ੀ ਬਣਾ ਕੇ ਜ਼ਿਲ੍ਹਾ ਚ ਡੱਕ ਦਿੱਤੇ ਨੇ ਉਹਨਾਂ ਨੂੰ ਛਡਾਉਣਾ ਕਿਵੇਂ ਹੈ ਕਮੇਟੀ ਦਾ ਉਸ ਤੇ ਸਟੈਂਡ ਕੀ ਹੈ ਬੇਦੋਸ਼ੇ ਸਿੱਖਾਂ ਦੇ ਲਈ ਤੇ ਇਸ ਬਾਰੇ ਕਮੇਟੀ ਨੂੰ ਸਾਰੂ ਕਦਮ ਵੀ ਚੁੱਕਣੇ ਚਾਹੀਦੇ ਨੇ ਨਾਲ ਹੀ ਰੰਧਾਵਾ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਰਕਾਰ ਨੂੰ ਦਿੱਤੇ ਅਲਟੀਮੇਟਮ ਦਾ ਸਮਾਂ ਪੂਰਾ ਹੋ ਗਿਆ ਚੰਗਾ ਹੁੰਦਾ ਜੇ ਜਥੇਦਾਰ ਸਾਹਿਬ ਮੰਗਲਵਾਰ ਨੂੰ ਹੀ ਅਗਲਾ ਹੁਕਮ ਜਾਰੀ ਕਰ ਦਿੰਦੇ। ਇਹ ਹੁੰਦਾ ਕਿ ਜੇ ਅੱਜ ਇੱਥੇ ਗਿਆਨੀ ਹਰਪ੍ਰੀਤ ਸਿੰਘ ਜੀ ਮੌਜੂਦ ਹੁੰਦੇ ਉਹ ਸਵਾਲ ਤੁਹਾਡੇ ਨਾਲ ਨਹੀਂ ਇਹ ਸਵਾਲ ਉਹਨਾਂ ਨਾਲ ਬਣਦੇ ਸੀ ਸਾਡੇ ਨਿਰਦੋਸ਼ ਅਤੇ ਦੋਸ਼ ਇਹਦਾ ਅਸੀਂ ਕਿਵੇਂ ਫੈਸਲਾ ਕਰ ਸਕਦੇ ਹਾਂ? ਨਿਰਦੋਸ਼ ਤਾਂ ਕਾਨੂੰਨੀ ਸ਼ਰਤ ਹੁੰਦਾ ਤੁਸੀਂ ਵਕੀਲੋ। ਗੱਲ ਤਾਂ ਇਹ ਆ ਵੀ ਜਿਹੜੇ ਦੋਸ਼ੀ ਬਣਾ ਦਿੱਤੇ ਗਏ ਨਿਰਦੋਸ਼ ਉਹਨਾਂ ਨੂੰ ਕਿਵੇਂ ਛਡਾਉਣਾ? ਤੋਂ ਵੱਧ ਸਾਡੇ ਚੋਂ ਕਾਨੂੰਨ ਨੂੰ ਕੋਈ ਨਹੀਂ ਜਾਣਦਾ। ਨਿਰਦੋਸ਼ ਦਾ ਕਾਨੂੰਨ ਆਪਣੇ ਆਪ ਹੀ ਛੱਡ ਦਿੰਦਾ ਗਲਤ ਹੈ ਸੀ ਜਿਹੜੇ ਨਿਰਦੋਸ਼ਾਂ ਨੂੰ ਦੋਸ਼ੀ ਬਣਾ ਦਿੱਤਾ ਗਿਆ ਉਹਦੇ ਲਈ ਸਾਡਾ ਸਟੈਂਡ ਕੀ ਹੈ ਅੱਜ ਸਾਡੀ ਸਿੱਖੀ ਨੂੰ ਦੋ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਜਾਂਦਾ ਸਾਡੀਆਂ ਸਿੱਖ ਵਿਰੋਧੀ ਤਾਕਤਾਂ ਉਹ ਦੋ ਤਰ੍ਹਾਂ ਦਾ ਪ੍ਰਚਾਰ ਹਾਲਾਂਕਿ ਗੁਰੂ ਸਾਹਿਬ ਨੇ ਤਾਂ ਕਹਿ ਦਿੱਤਾ ਜੋਤ ਉਹ ਆ ਜੁਗਤ ਸਾਇ ਸਹਕਾਇਆ ਫੇਰ ਪਲਟਿਆ ਜੋਤ ਵੀ ਉਹੀ ਹੈ ਜੁਗਤ ਵੀ ਉਹੀ ਹੈ ਅੱਜ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੁਰੂ ਨਾਨਕ ਦੀ ਸਿੱਖੀ ਹੋ ਰਾ ਤੇ ਦਸਵੇਂ ਪਾਤਸ਼ਾਹ ਦੀ ਸਿੱਖੀ ਹੋ ਰਾ ਇਹ ਦੱਸਣ ਦਾ ਯਤਨ ਕੀਤਾ ਜਾ ਰਿਹਾ ਕਿ ਸਾਨੂੰ ਗੁਰੂ ਨਾਨਕ ਵਾਲੀ ਫਿਟ ਹੈ ਤੇ ਦਸਮ ਪਾਤਸ਼ਾਹ ਵਾਲੀ ਫਿਟ ਨਹੀਂ ਬਜਟ ਜਲਾਸਤਰਮਿਆਨ ਕਈ ਮਤੇ ਜਿਹੜੇ ਉਹ ਪਾਸ ਕੀਤੇ ਗਏ ਨੇ ਜੀਪੀਸੀ ਦੇ ਵੱਲੋਂ ਮਤੇ ਪਾਸ ਕੀਤੇ ਗਏ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮਤੇ ਪੜੇ ਗਏ ਸਿੱਖ ਬੱਚਿਆਂ ਨੂੰ ਆਪਣੇ ਨਾਮ ਦੇ ਪਿੱਛੇ ਸਿੰਘ ਤੇ ਕੌਰ ਲਾਉਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ ਹੈ ਸੋਸ਼ਲ ਮੀਡੀਆ ਤੇ ਵੀ ਸਿੱਖ ਬੱਚੇ ਆਪਣੇ ਨਾਮ ਦੇ ਪਿੱਛੇ ਸਿੰਘ ਤੇ ਕੌਰ ਲਗਾਉਣ ਮੀਡੀਆ ਆਧਾਰਿਆਂ ਨੂੰ ਵੀ ਕਿਹਾ ਗਿਆ ਕਿ ਜਿਹੜੀਆਂ ਵੀ ਸਿੱਖ ਸ਼ਖਸੀਅਤਾਂ ਦਾ ਨਾਮ ਲੈਣਾ ਹੈ ਉਹ ਸਿੰਘ ਤੇ ਕੌਰ ਨਾਲ ਹੀ ਲਿਆ ਜਾਵੇ ਦੂਜਾ ਮਤਾ ਸੰਗਤ ਗੁਰੂ ਘਰਾਂ ਦੇ ਵਿੱਚ ਸੀਮਤ ਰੁਮਾਲਾ ਸਾਹਿਬ ਪੇਂਟ ਕਰੇ ਇਸ ਦੀ ਬਜਾਏ ਗੁਰੂ ਘਰਾਂ ਦੇ ਵਿੱਚ ਆਪਣਾ ਦਸਵੰਦ ਹੈ ਜਿਹੜਾ ਉਹ ਪੇਂਟ ਕੀਤਾ ਜਾਵੇ ਜਿਹਦੇ ਨਾਲ ਸਿੱਖ ਨੌਜਵਾਨਾਂ ਦੀ ਜਿਹੜੀ ਸਿੱਖਿਆ ਹੈ ਉਹਦੇ ਲਈ ਇਹ ਪੈਸਾ ਵਰਤਿਆ ਜਾਵੇਗਾ ਤੀਜਾ ਮਤਾ ਅਮਰਿਤਪਾਲ ਸਿੰਘ ਨੇ ਮਸਲੇ ਤੇ ਪਾਸ ਕੀਤਾ ਗਿਆ ਜਿਹਦੇ ਬਾਰੇ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਬੇਕਸੂਰ ਸਿੱਖਾਂ ਨੂੰ ਗ੍ਰਿਫਤਾਰ ਕਰਨ ਦੀ ਪੁਲਿਸ ਦੀ ਕਾਰਵਾਈ ਦੀ ਐਸ.ਪੀ.ਸੀ ਨੇ ਨਿੰਦਿਆ ਕੀਤੀ ਮੀਡੀਆ ਆਦਾਰਿਆਂ ਦੇ ਖਿਲਾਫ ਕਾਰਵਾਈ ਦੀ ਨਿੰਦਿਆ ਕੀਤੀ ਤੇ ਜਿਹੜੇ ਖਾਲਸਾ ਰਾਜ ਦੇ ਝੰਡੇ ਖਾਲਿਸਤਾਨ ਦੇ ਕੈਕੇ ਦਿਖਾਏ ਜਾ ਰਹੇ ਨੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਮਤਾ ਵੀ ਪਾਸ ਕੀਤਾ ਚੌਥਾ ਧਰਮਾਂ ਦੇ ਖਿਲਾਫ ਨਫਰਤ ਫੈਲਾਉਣ ਵਾਲੇ ਹਰ ਵਿਅਕਤੀ ਨਾਲ ਇੱਕੋ ਜਿਹਾ ਵਿਵਹਾਰ ਕੀਤਾ ਜਾਵੇ ਸਜ਼ਾ ਦਾ ਪੈਮਾਨਾ ਇੱਕੋ ਹੋਣਾ ਚਾਹੀਦਾ ਹੈ ਪੰਜਵਾਂ ਐਸਜੀਪੀਸੀ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਵੱਲੋਂ ਦੇਸ਼ ਉਦੇਸ਼ ਵਿੱਚ ਸਿੱਖਾਂ ਦੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਕਾਰਵਾਈ ਕੀਤੀ ਜਾਵੇ ਅਤੇ ਪੰਜਾਬੀ ਭਾਸ਼ਾ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ ਛੇਵਾਂ ਹਰਿਆਣਾ ਦੇ ਇਤਿਹਾਸਿਕ ਗੁਰਦੁਆਰਿਆਂ ਦਾ ਸਰਕਾਰੀ ਧੱਕੇਸ਼ਾਹੀ ਨਾਲ ਪ੍ਰਬੰਧ ਹਟਾਉਣ ਦੀ ਨਿੰਦਾ ਕੀਤੀ ਗਈ ਸੱਤਵਾਂ ਅਜੀਤ ਅਖਬਾਰ ਦੇ ਨਾਲ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਤਕਰੇ ਦੀ ਨਿੰਦਾ ਕੀਤੀ ਗਈ ਅੱਠਵਾਂ ਪੰਜਾਬ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਖੋਲਣ ਦੇ ਨਾਂ ਤੇ ਸਿੱਖ ਸ਼ਖਸੀਅਤਾਂ ਤੇ ਸ਼ਹੀਦਾਂ ਦੇ ਯਾਦਗਾਰ ਵੱਜੋਂ ਬਣੇ ਸੇਧ ਕੇਂਦਰਾਂ ਦੇ ਨਾਮ ਬਲਣ ਦੀ ਵੀ ਨਿਖੇਦੀ ਕੀਤੀ ਗਈ ਨੌਵੇਂ ਮਤੇ ਦੇ ਵਿੱਚ ਕਿਹਾ ਗਿਆ ਕਿ ਸ਼ਹੀਦੀ ਜੋੜ ਮੇਲ ਤੇ ਜਾਣ ਵੇਲੇ ਕੋਈ ਵੀ ਹੁੱਲੜਬਾਜ਼ੀ ਨਾ ਕਰੇ ਸਿੱਖਾਂ ਨੂੰ ਆਪਣੇ ਬੱਚਿਆਂ ਦੇ ਨਾਮ ਰੱਖਣ ਸਮੇਂ ਸਿੰਘ ਅਤੇ ਕੌਰ ਲਗਾਉਣ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਦਾ ਹੈ ਮੀਡੀਆ ਆਧਾਰਿਆਂ ਨੂੰ ਵੀ ਅਪੀਲ ਹੈ ਕਿ ਸਿੱਖ ਸ਼ਖਸੀਤਾਂ ਦੇ ਨਾਮ ਸਿੰਘ ਅਤੇ ਕੌਰ ਸਮੇਤ ਹੀ ਲਿਖੇ ਪੜੇ ਪ੍ਰਕਾਸ਼ ਕੀਤੇ ਜਾਣ ਕਿ ਗੁਰੂ ਘਰਾਂ ਅੰਦਰ ਲੜੀਂਦਾ ਰਮਾਲਾ ਸਾਹਿਬ ਹੀ ਭੇਟ ਕੀਤੇ ਜਾਣ ਅਤੇ ਇਸ ਤੋਂ ਇਲਾਵਾ ਆਪਣੇ ਦਸਬੰਦ ਦੀ ਭੇਟਾ ਸਿੱਖੀ ਸਿੱਖ ਨੌਜਵਾਨੀ ਨੂੰ ਪ੍ਰਸ਼ਾਸਕੀ ਸੁਵਾਮਾਂ ਵੱਲ ਲੈ ਜਾਣ ਲਈ ਮਦਦ ਬਜੋਂ ਭੇਟ ਕੀਤੀ ਜਾਵੇ ਇਹ ਰੁਝਾਨ ਸਿੱਖ ਕੌਮ ਲਈ ਬੇਹੱਦ ਅਹਿਮ ਸਾਬਤ ਹੋਵੇਗਾ ਸਿੱਖ ਦੇ ਧਰਮਾਂ ਖਿਲਾਫ ਨਫ਼ਰਤ ਫਲਾਉਣ ਵਾਲੇ ਹਰ ਵਿਅਕਤੀ ਨਾਲ ਇੱਕੋ ਜਿਹਾ ਵਿਵਹਾਰ ਕੀਤਾ ਜਾਵੇ ਨਾ ਕਿ ਕਿਸੇ ਵਿਸ਼ੇਸ਼ ਧਰਮ ਫਿਰਕੇ ਨੂੰ ਦੂਸਰੇ ਦੀਆਂ ਭਾਵਨਾਵਾਂ ਨਾਲ ਖੇਡਣ ਲਈ ਉਤਸ਼ਾਹਤ ਕੀਤਾ ਜਾਵੇ ਪੰਜਾਬ ਦੇ ਬਹੁ ਕਰੋੜੀ ਡਰੱਗ ਘੁਟਾਲਾ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਕਈ ਸਾਲਾਂ ਬਾਅਦ ਆਖਿਰਕਾਰ ਸਟੇਟ ਦੇ ਵੱਲੋਂ ਦਾਖਲ ਚਾਰ ਸੀਲਬੰਦ ਰਿਪੋਰਟਾਂ ਨੂੰ ਖੋਲ੍ਹ ਦਿੱਤਾ ਹੈ। ਇਹਨਾਂ ਰਿਪੋਰਟਾਂ ਦੇ ਵਿੱਚੋਂ ਤਿੰਨ ਤੇ ਸਰਕਾਰ ਨੂੰ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਜਦਕਿ ਚੌਥੀ ਰਿਪੋਰਟ ਜਿਹੜੀ ਸਿਧਾਰਥ ਚੱਟੋਪਾਧਿਆਏ ਦੀ ਵਿਅਕਤੀਗਤ ਹਸਿਆਤ ਦੇ ਵਿੱਚ ਦਾਰ ਕੀਤੀ ਗਈ ਸੀ ਜਿਸ ਵਿੱਚ ਸਿਰਫ ਉਹਨਾਂ ਦੇ ਹੀ ਦਸਤਖਤ ਸਨ ਉਸ ਨੂੰ ਮੋੜ ਤੋਂ ਬੰਦ ਕਰ ਦਿੱਤਾ ਗਿਆ ਹੈ। ਹਾਈ ਕੋਰਟ ਦੇ ਬੈਂਚ ਨੇ ਉਸ ਸਮੇਂ ਦੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਤੇ ਤਤਕਾਲੀ ਸਿੱਟੇ ਮੁਖੀ ਸਿਧਾਰਥ ਚੱਟੋ ਪਾਧਿਆਏ ਨੂੰ ਨੋਟਿਸ ਵੀ ਜਾਰੀ ਕੀਤਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਮੰਗਲਵਾਰ ਨੂੰ ਡਰੱਗ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਅਗਲੀ ਸੁਣਵਾਈ 4 ਮਈ ਨੂੰ ਹੋਵੇਗੀ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਪੂਰੀ ਤਫਸੀਲ ਦੇ ਵਿੱਚ ਜਾਣਕਾਰੀ ਸਵੇਰ ਦੀਆਂ ਖਬਰਾਂ ਵਿੱਚ ਦੱਸਾਂਗੇ ਜ਼ੀਰਾ ਇਲਾਕੇ ਦੇ ਵਿੱਚ ਮਾਲਬਰੋਸ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਪੰਜਾਬ ਸਰਕਾਰ ਨੇ 17 ਜਨਵਰੀ ਨੂੰ ਕਰ ਦਿੱਤਾ ਸੀ ਪਰ ਹਾਲੇ ਤੱਕ ਲਿਖਤੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਇਸੇ ਮੰਗ ਨੂੰ ਲੈ ਕੇ ਹੁਣ ਜ਼ੀਰਾ ਇਨਸਾਫ ਮੋਰਚੇ ਨੇ 31 ਮਾਰਚ ਨੂੰ ਧਰਨੇ ਵਾਲੀ ਥਾਂ ਤੇ ਵੱਡੀ ਚੇਤਾਵਨੀ ਰੈਲੀ ਕਰਨ ਦਾ ਐਲਾਨ ਕੀਤਾ ਹੈ ਮੋਰਚੇ ਨੇ ਧਰਨਾਕਾਰੀਆਂ ਤੇ ਕੀਤੀ ਗਈ ਨਜਾਇਜ਼ ਪਰਚੀਆਂ ਤੇ ਹਾਈ ਕੋਰਟ ਦੇ ਵਿੱਚ ਅਟੈਚ ਕੀਤੀਆਂ ਜ਼ਮੀਨਾਂ ਨੂੰ ਛੱਡਣ ਦੀ ਵੀ ਮੰਗ ਕੀਤੀ ਹੈ ਇਹ ਵੀ ਪੁੱਛਿਆ ਕਿ ਹੁਣ ਤੱਕ ਫੈਕਟਰੀ ਦੇ ਗੰਦੇ ਪਾਣੀ ਨਾਲ ਪਤਾ ਨਹੀਂ ਕਿੰਨੇ ਲੋਕ ਤੇ ਪਸ਼ੂ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਪਰ ਸਰਕਾਰ ਨੇ ਫੈਕਟਰੀ ਦੇ ਖਿਲਾਫ ਹਾਲੇ ਤੱਕ ਕੋਈ ਪਰਚਾ ਦਰਜ ਕਿਉਂ ਨਹੀਂ ਕੀਤਾ ਫੈਕਟਰੀ ਦੇ ਖਿਲਾਫ ਲੰਗੇ ਸਾਲ 2022 ਦੇ ਵਿੱਚ 24 ਜੁਲਾਈ ਨੂੰ ਜਿਹੜਾ ਅਣਮਿੱਥੇ ਸਮੇਂ ਦੇ ਲਈ ਇਹ ਧਰਨਾ ਸ਼ੁਰੂ ਹੋਇਆ ਸੀ ਜਿਹੜਾ ਹਾਲੇ ਤੱਕ ਵੀ ਚੱਲ ਰਿਹਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਰਾਜ ਮੈਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਵੱਡਾ ਝਟਕਾ ਦਿੰਦਿਆਂ ਉਹਨਾਂ ਦੀ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਦਿਨੀ ਮਨੀਸ਼ਾ ਗੁਲਾਟੀ ਦੇ ਅਹੁਦੇ ਦੀ ਮਿਆਦ ਵਧਾਉਣ ਵਾਲਾ ਆਪਣਾ ਫੈਸਲਾ ਵਾਪਸ ਲੈਂਦੇ ਹਨ। ਉਹਨਾਂ ਨੂੰ ਚੇਅਰਪਰਸਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਤੇ ਇਹ ਦੂਸਰੀ ਵਾਰੀ ਕਾਰਵਾਈ ਹੋਈ ਸੀ ਤੇ ਦੂਸਰੀ ਵਾਰੀ ਹੀ ਮਨੀਸ਼ਾ ਗੁਲਾਟੀ ਹਾਈ ਕੋਰਟ ਦੇ ਵਿੱਚ ਪਹੁੰਚੇ ਸਨ ਪਟੀਸ਼ਨਦਾਰ ਕਰਕੇ ਚੁਣੌਤੀ ਦਿੱਤੀ ਸੀ। ਪਿਛਲੀ ਵਾਰੀ ਹਾਈ ਕੋਰਟ ਨੇ ਮਨੀਸ਼ਾ ਗੁਲਾਟੀ ਨੂੰ ਰਾਹਤ ਦਿੱਤੀ ਸੀ ਪਰ ਮੰਗਲਵਾਰ ਦੀ ਸੁਣਵਾਈ ਦੇ ਵਿੱਚ ਹਾਈ ਕੋਰਟ ਨੇ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਨਵਾਂ ਸ਼ਹਿਰ ਜ਼ਿਲ੍ਹੇ ਦੇ ਬੰਗਾ ਕਸਬੇ ਦੇ ਪਿੰਡ ਖਟਕੜ ਤਲਾਂ ਦੇ ਵਿੱਚ ਜਿਹੜਾ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਪਿੰਡ ਹੈ ਉਸ ਦੇ ਵਿੱਚ ਸਿਹਤ ਕੇਂਦਰ ਨੂੰ ਮੁਹੱਲਾ ਕਲੀਨਿਕ ਦੇ ਵਿੱਚ ਤਬਦੀਲ ਕੀਤੇ ਜਾਣ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਨੂੰ ਮਿਟਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲਾਏ ਜਾਣ ਦਾ ਮੁੱਦਾ ਲਗਾਤਾਰ ਪੱਖ ਦਾ ਜਾ ਰਿਹਾ ਹੈ ਤਸਵੀਰ ਹਟਾਏ ਜਾਣ ਦਾ ਵਿਰੋਧ ਕੀਤਾ ਸੀ ਪੰਜਾਬ ਸਟੂਡੈਂਟਸ ਯੂਨੀਅਨ ਨੇ ਉਹਨਾਂ ਨੇ ਮੁੱਖ ਮੰਤਰੀ ਦੀ ਤਸਵੀਰ ਤੇ ਕਾਲਖ ਪੋਥ ਦਿੱਤੀ ਸੀ ਤੇ ਹੁਣ ਨਵਾਂ ਸ਼ਹਿਰ ਪੁਲਿਸ ਨੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਵਿਦਿਆਰਥੀਆਂ ਨੇ ਕਲੀਨਿਕ ਤੋਂ ਭਗਤ ਸਿੰਘ ਦੀਆਂ ਤਸਵੀਰਾਂ ਹਟਾਉਣ ਦੇ ਵਿਰੋਧ ਦੇ ਵਿੱਚ ਮੁੱਖ ਮੰਤਰੀ ਦੀ ਤਸਵੀਰ ਤੇ ਕਾਲਖ ਮਲੀ ਸੀ ਤੇ ਥਾਣਾ ਸਦਰ ਬੰਗਾ ਦੇ ਵਿੱਚ ਆਈਪੀਸੀ ਦੀ ਧਾਰਾ 188 ਯਾਨੀ ਕਿ ਲੋਕ ਸੇਵਕ ਦੇ ਵੱਲੋਂ ਜਾਰੀ ਹੁਕਮਾਂ ਦੀ ਅਵਗਿਆਨ ਕਰਨ ਅਤੇ ਪੰਜਾਬ ਪ੍ਰਾਪਰਟੀ ਡੈਫਰਸਮੈਂਟ ਆਰਡੀਨੈਂਸ ਐਕਟ ਦੀ ਧਾਰਾ 3 ਦੇ ਤਹਿਤ ਤਿੰਨ ਵਿਦਿਆਰਥੀਆਂ ਦੇ ਨਾਮ ਅਤੇ 5-7 ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ। ਗ੍ਰਿਫਤਾਰ ਤਿੰਨ ਵਿਦਿਆਰਥੀ ਬਲਜੀਤ ਸਿੰਘ ਧਰਮਕੋਟ, ਕਮਲਜੀਤ ਸਿੰਘ ਮੱਲੂਪੋਤਾ ਅਤੇ ਰਾਜੂ ਬਰਨਾਲਾ ਨੇ। ਬਲਜੀਤ ਸਿੰਘ ਨੂੰ ਉਸਦੇ ਕਾਲਜ ਦੇ ਬਾਹਰੋਂ ਗ੍ਰਿਫਤਾਰ ਕੀਤਾ ਗਿਆ ਜਦਕਿ ਕਮਲਜੀਤ ਸਿੰਘ ਤੇ ਰਾਜੂ ਨੂੰ ਉਹਨਾਂ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ। ਸੋ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ ਵੀ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਉਹ ਵਿਰੋਧ ਪ੍ਰਗਟ ਕਰ ਰਹੀਆਂ ਨੇ ਰੋਜ਼ ਪ੍ਰਗਟ ਕਰ ਰਹੀਆਂ ਨੇ ਅਕਾਲੀ ਦਲ ਨੇ ਵੀ ਕਿਹਾ ਸੀ ਕਿ ਮੁੱਖ ਮੰਤਰੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਸ਼ਹੀਦ ਭਗਤ ਸਿੰਘ ਦੀ ਤਸਵੀਰ ਉਹਨਾਂ ਦੀ ਤਸਵੀਰ ਨਾਲ ਰਿਪਲੇਸ ਕੀਤੀ ਗਈ ਹੈ ਇਸੇ ਤਰ੍ਹਾਂ ਕਾਂਗਰਸ ਨੇ ਵੀ ਰੋਸ ਮੁਜ਼ਾਹਰਾ ਕੀਤਾ ਸੀ ਪਰ ਹਾਲੇ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਮਸਲੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਹਾਲਾਂਕਿ ਉਹ ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਨੇ ਪ੍ਰਧਾਨ ਮੰਤਰੀ ਦੇ ਲੋਕ ਸ਼ਿਕਾਇਤ ਪੋਰਟਲ ਤੋਂ ਡਿਸਟ੍ਰੇਸ਼ਨ ਕਰਨ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਉਣ ਲਈ ਲਿਖਿਆ ਸਿੱਖ ਮਿਲਿਟੈਂਸੀ ਐਕਟੀਵਿਟੀ ਇੰਡੀਆ ਅਬਰੌਡ ਸਰਲੇਖ ਵਿਰੋਧ ਤੋਂ ਬਾਅਦ ਹੁਣ ਹਟਾ ਦਿੱਤਾ ਗਿਆ ਦਰਸਤ ਜਦੋਂ ਪੋਰਟਲ ਤੇ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਰਜਿਸਟ੍ਰੇਸ਼ਨ ਕਰਵਾਈ ਜਾਂਦੀ ਸੀ ਤੇ ਉਸ ਤੋਂ ਬਾਅਦ ਗ੍ਰਹਿ ਮੰਤਰਾਲੇ ਦੇ ਬਦਲ ਜਦੋਂ ਚੁਣਦੇ ਸੀ ਤਾਂ ਮੰਗਰੋ ਇੱਕ ਇੰਟਰਨਲ ਸਿਕਿਉਰਿਟੀ ਯਾਨੀ ਕਿ ਅੰਦਰੂਨੀ ਸੁਰੱਖਿਆ ਦਾ ਬਦਲ ਆਉਂਦਾ ਜਿਸ ਨੂੰ ਚੁਣਦੇ ਕਈ ਸਾਰੇ ਬਦਲਾਂ ਦੇ ਵਿੱਚੋਂ ਇੱਕ ਸਿੱਖ ਮਿਲਿਟੈਂਸੀ ਐਕਟੀਵਿਟੀ ਇੰਡੀਆ ਉਰਫ ਇੰਡੀਆ ਜਾ ਅਬਰੌਡ ਦਾ ਬਦਲ ਵੀ ਸੀ ਤੇ ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਸਿੱਖ ਭਾਈਚਾਰੇ ਨੇ ਇਸ ਦਾ ਖਾਸਾ ਵਿਰੋਧ ਕੀਤਾ ਸੀ ਕਿਉਂਕਿ ਸਿੱਖ ਮਿਲੀਟੈਂਸ ਦਾ ਸਿੱਧਾ ਦਾ ਮਤਲਬ ਹੈ ਸਿੱਖ ਅਤਵਾਦੀ ਇਸ ਇਹ ਮੁੱਦਾ ਦਿੱਲੀ ਦੇ ਵਿੱਚ ਜਾਗੂ ਪਾਰਟੀ ਦੇ ਮੁਖੀ ਮਨਜੀਤ ਸਿੰਘ ਜੀਕੇ ਨੇ ਚੁੱਕਿਆ ਸੀ ਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖੀ ਸੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਜਰਨਲ ਸਿੰਘ ਨੇ ਵੀ ਟਵਿੱਟਰ ਤੇ ਇਸ ਦੀ ਨਿੰਦਿਆ ਕੀਤੀ ਸੀ ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਬਾਰੇ 27 ਮਾਰਚ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਪੰਥਕ ਇਕੱਠ ਦੌਰਾਨ ਨਿੰਦਿਆ ਕੀਤੀ ਸੀ ਪੰਜਾਬ ਗੇਮ ਆਫ ਹਾਈਟ ਐਂਡ ਸਿੱਖ ਸਿੱਖ ਲਿਖਣਾ ਸੀ ਲੇਕਿਨ ਲਿਖਿਆ ਸਿੱਖ ਐਸ ਆਈ ਕੇ ਐਚ ਔਰ ਅਗੇ ਲਿਖਿਆ ਹੂ ਵਿਲ ਨੈਬ ਅੰਮ੍ਰਿਤ ਅੰਮ੍ਰਿਤਪਾਲ ਨਹੀਂ ਲਿਖਿਆ ਅੰਮ੍ਰਿਤ ਜੀਕੇ ਸਾਹਿਬ ਨੇ ਗੱਲ ਕੀਤਾ ਕਿ ਪੀ ਐਨ ਦੀ ਵੈਬਸਾਈਟ ਦੇ ਪੋਰਟਲ ਦੇ ਵਿੱਚ ਤੇ ਮੈਂਸ਼ਨ ਕਰ ਦਿੱਤਾ ਗਿਆ ਹੈ ਕਿ ਜੇ ਕਿਸੇ ਸਿੱਖ ਜੀਕੇ ਸਾਹਿਬ ਕਹਿ ਕੇ ਗਏ ਹੈ ਕਿ ਲਿਖਿਆ ਹੈ ਕਿ ਜੇ ਕਿਸੇ ਸਿੱਖ ਚਾਹੇ ਉਹ ਵਿਦੇਸ਼ੀ ਹੈ ਚਾਹੇ ਭਾਰਤੀ ਉਹਦੇ ਖਿਲਾਫ ਜੇ ਕੋਈ ਤੁਹਾਨੂੰ ਗੱਲਬਾਤ ਨਜ਼ਰ ਆਉਂਦੀ ਹੈ ਤੇ ਤੁਸੀਂ ਦੱਸ ਸਕਦੇ ਹੋ ਤੇ ਸਿੱਖ ਦੇ ਨਾਲ ਮੁਸਲਮ ਵੀ ਲਿਖਿਆ ਹੋਇਆ ਹੈ ਸਾਡੇ ਤਾਂ ਰੌਲੇ ਹੀ ਹੁੰਦੇ ਆ ਵੱਟਾਂ ਦੇ ਰੋਲੇ ਐ ਪਾਣੀ ਦੇ ਰੋਲੇ ਐ ਕੰਧਾਂ ਕੌਲਿਆਂ ਦੇ ਰੋਲੇ ਐ ਕੋਈ ਮਰਜ਼ੀ ਲਿਖ ਕੇ ਪਾ ਦੂਗਾ ਇਹ ਕਿਸੇ ਆਮ ਪਰਸਨ ਦੀ ਵੈਬਸਾਈਟ ਤੇ ਪੋਰਟਲ 'ਚ ਨਹੀਂ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦੀ ਵੈਬਸਾਈਟ ਦੇ ਪੀਐਮਓ ਦੀ ਵੈਬਸਾਈਟ ਦੇ ਪੋਰਟਲ ਦੇ ਵਿੱਚ ਹੁਣ ਕਾਫੀ ਵਿਰੋਧ ਹੋਣ ਤੋਂ ਬਾਅਦ ਪੋਰਟਲ ਤੋਂ 27 ਮਾਰਚ ਦੀ देर शाम ਨੂੰ ਹੀ ਇਸ ਸਿਰਲੇਖ ਨੂੰ ਹਟਾ ਦਿੱਤਾ ਗਿਆ ਸੀ ਪਰ ਇਸ ਤੋਂ ਪਹਿਲਾਂ ਇਸ ਪੋਰਟਲ ਦੇ ਉੱਤੇ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਉਣ ਦੇ ਲਈ ਸਾਫ਼-ਸਾਫ਼ ਸਿੱਖ ਅਤਵਾਦੀ ਸ਼ਬਦ ਲਿਖਿਆ ਨਜ਼ਰ ਆਉਂਦਾ ਸੀ ਅਮਰੀਕਾ ਦੇ ਵੀਜ਼ਾ ਨਾਲ ਸੰਬੰਧਿਤ ਅਹਿਮ ਖਬਰ ਹੈ H1B ਵੀਜ਼ਾ ਧਾਰਕ ਨੌਕਰੀ ਤੋਂ ਕੱਢੇ ਜਾਣ ਦੇ 60 ਦਿਨਾਂ ਬਾਅਦ ਵੀ ਅਮਰੀਕਾ ਦੇ ਵਿੱਚ ਰਹਿ ਸਕਦੇ ਨੇ ਤਕਨੀਕੀ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਛਾਂਟੀ ਕਾਰਨ ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਸ ਨੇ ਕਿਹਾ ਹੈ ਕਿ ਇਹ ਮੰਨਣਾ ਗਲਤ ਹੈ ਕਿ H1B ਵੀਜ਼ਾ ਧਾਰਕਾਂ ਨੂੰ ਨੌਕਰੀ ਤੋਂ ਕੱਢੇ ਜਾਣ ਤੇ 60 ਦਿਨਾਂ ਦੇ ਅੰਦਰ ਮੁਲਕ ਛੱਡਣਾ ਪੈਂਦਾ ਹੈ ਹਾਲਾਂਕਿ ਉਹਨਾਂ ਦੇ ਵਿੱਚ ਦੇਸ਼ 'ਚ ਰਹਿਣ ਦੇ ਹੋਰ ਕਈ ਰਾਹ ਨੇ ਯਾਨੀ ਕਿ ਨੌਕਰੀ ਤੋਂ ਜੇ ਤੁਹਾਨੂੰ ਕੱਢ ਵੀ ਦਿੱਤਾ ਜਾਂਦਾ ਜਿਨ੍ਹਾਂ ਕੋਲ H1B ਵੀਜ਼ਾ ਹੈ ਤਾਂ ਉਹ 60 ਦਿਨ ਹੋਰ ਅਮਰੀਕਾ ਦੇ ਵਿੱਚ ਰਹਿ ਸਕਦੇ ਨੇ ਪੰਜਾਬ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਇੱਕ ਵੱਡੀ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ 29 ਮਾਰਚ ਨੂੰ ਇਹ ਰੈਲੀ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਮੈਦਾਨ ਦੇ ਵਿੱਚ ਕਰਵਾਈ ਜਾਵੇਗੀ ਤੇ ਇਹ ਸਮਰਪਿਤ ਹੈ ਕਿਸਾਨੀ ਸੰਘਰਸ਼ ਦੇ ਵਿੱਚ ਜਾਨ ਗਵਾਉਣ ਵਾਲੇ ਸ਼ਹੀਦ ਅੰਗਰੇਜ਼ ਸਿੰਘ ਵਾਕੀਪੁਰ ਤੇ ਦਿੱਲੀ ਦੇ ਵਿੱਚ ਜਿੰਨੇ ਵੀ ਕਿਸਾਨ ਅੰਦੋਲਨ ਚ ਜਾਨਾਂ ਗਵਾਉਣ ਵਾਲੇ ਸ਼ਹੀਦ ਕਿਸਾਨ ਸਨ ਉਹਨਾਂ ਦੀ ਜਿਹੜੀ ਯਾਦ ਹੈ ਉਹਨਾਂ ਨੂੰ ਸਮਰਪਿਤ ਇਹ ਰੈਲੀ ਹੈ ਅ ਸੂਬਾਸ ਜਿਹੜੇ ਜਨਰਲ ਸਕੱਤਰ ਨੇ ਇਸ ਜਥੇਬੰਦੀ ਦੇ ਸਰਵਣ ਸਿੰਘ ਪੰਦੇੜ ਉਹਨਾਂ ਨੇ ਇਸ ਰੈਲੀ ਵਿੱਚ ਆਉਣ ਦਾ ਸਾਰਿਆਂ ਨੂੰ ਖੁੱਲਾ ਸੱਦਾ ਦਿੱਤਾ ਹੈ ਫਿਲੀਪਾਈਨਸ ਤੋਂ ਖਬਰ ਹੈ ਜਿੱਥੇ ਖਾਲਿਸਤਾਨ ਟਾਈਗਰ ਫੋਰਸ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਬਿਊਰੋ ਆਫ ਇਮੀਗ੍ਰੇਸ਼ਨ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਐਂਡ ਕੋਆਰਡੀਨੇਟਿੰਗ ਸੈਂਟਰ ਅਤੇ ਮਿਲਟਰੀ ਇੰਟੈਲੀਜੈਂਸ ਗਰੁੱਪ ਦੇ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਮਾਰਚ ਦੇ ਸ਼ੁਰੂ ਦੇ ਵਿੱਚ ਇਲੋਇਲੋ ਸਿਟੀ ਵਿਚਲੇ ਅਪਾਰਟਮੈਂਟ ਦੇ ਵਿੱਚ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਹਨਾਂ ਦੀ ਪਛਾਣ ਮਨਪ੍ਰੀਤ ਸਿੰਘ 23 ਸਾਲ ਅਮਰਿਤਪਾਲ ਸਿੰਘ 24 ਤੇ ਅਰਸ਼ਦੀਪ ਸਿੰਘ 26 ਸਾਲ ਵਜੋਂ ਹੋਈ ਹੈ ਇਲਜ਼ਾਮ ਲੱਗਿਆ ਕਿ ਤਿੰਨਾਂ ਨੇ ਫਰਜ਼ੀ ਪਾਸਪੋਰਟ ਵਰਤ ਕੇ ਦੇਸ਼ ਦੇ ਵਿੱਚ ਐਂਟਰੀ ਮਾਰੀ ਅਤੇ ਇੰਟਰਪੋਲ ਦੀ ਰੈੱਡ ਨੋਟਿਸ ਦੇ ਵਿੱਚ ਇਹ ਆਏ ਸਨ ਸੀਆਈਸੀਸੀ ਦੇ ਕਾਰਜਕਾਰੀ ਨਿਰਦੇਸ਼ਕ ਅਲੈਗਜ਼ੈਂਡਰ ਰਾਮੋਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਇਹ ਤਿੰਨੇ ਖਾਲਿਸਤਾਨ ਟਾਈਗਰ ਫੋਰਸ ਜਥੇਬੰਦੀ ਦੇ ਨਾਲ ਸਬੰਧਤ ਨੇ ਅਗਲੀ ਖਬਰ ਵੀ ਫਿਲੀਪਾਈਨਸ ਦੇ ਮਨੀਲਾ ਤੋਂ ਹੈ ਜਿੱਥੇ ਪੰਜਾਬ ਦੇ ਰਹਿਣ ਵਾਲੇ ਪਤੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦੋਵਾਂ ਦੀ ਪਛਾਣ ਸੁਖਵਿੰਦਰ ਸਿੰਘ 41 ਸਾਲ ਤੇ ਕਿਰਨਦੀਪ ਕੌਰ 33 ਸਾਲ ਵਜੋਂ ਹੋਈ ਹੈ ਇਹ ਜੋੜਾ ਜਲੰਧਰ ਦੇ ਗੁਰਾਇਆ ਇਲਾਕੇ ਦਾ ਰਹਿਣ ਵਾਲਾ ਸੀ ਸੀਸੀਟੀਵੀ ਫੁਟੇਜ ਦੱਸਦੀ ਹੈ ਕਿ ਹਮਲਾਵਰ ਰਾਤ ਵੇਲੇ ਇਹਨਾਂ ਦੇ ਘਰੇ ਦਾਖਲ ਹੋਏ ਤੇ ਗੋਲੀਆਂ ਚਲਾ ਦਿੱਤੀ ਮੌਕੇ ਤੇ ਹੀ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਫਾਰਨ ਦੀ ਆਵਾਜ਼ ਸੁਣ ਕੇ ਕਿਰਨਦੀਪ ਆਪਣੇ ਪਤੀ ਵੱਲ ਭੱਜੀ ਤਾਂ ਹਮਲਾਵਰ ਨੇ ਉਸ ਤੇ ਵੀ ਗੋਲੀਆਂ ਚਲਾ ਦਿੱਤੀਆਂ ਮੌਕੇ ਤੇ ਦੋਨਾਂ ਦੀ ਮੌਤ ਹੋ ਗਈ ਸੁਖਵਿੰਦਰ 19 ਸਾਲਾਂ ਤੋਂ ਮਨੀਲਾ ਦੇ ਵਿੱਚ ਫਾਈਨੈਂਸਰ ਵਜੋਂ ਕੰਮ ਕਰਦਾ ਸੀ ਕਿਰਨਦੀਪ 5 ਮਹੀਨੇ ਪਹਿਲਾਂ ਹੀ ਮਨੀਲਾ ਗਈ ਸੀ ਸੁਖਵਿੰਦਰ ਗੁਰਾਇੰਦੇ ਨੇੜਲੇ ਪਿੰਡ ਮੈਸਮਪੁਰ ਦਾ ਰਹਿਣ ਵਾਲਾ ਸੀ ਭਾਰਤ ਸਰਕਾਰ ਨੇ ਪੈਨ ਨੂੰ ਆਧਾਰ ਨਾਲ ਜੋੜਨ ਦੀ ਮਿਆਦ 3 ਮਹੀਨੇ ਦੇ ਲਈ ਹੋਰ ਵਧਾ ਦਿੱਤੀ ਹੈ ਯਾਨੀ ਕਿ ਹੁਣ 30 ਜੂਨ ਤੱਕ ਤੁਸੀਂ ਪੈਨ ਦੇ ਨਾਲ ਆਧਾਰ ਜੋੜ ਸਕਦੇ ਹੋ ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਆ ਧੰਨਵਾਦ